ਥੋੜਾ ਬੱਚੇ ਇੱਕ ਜਗ੍ਹਾ ਦੋ ਇਹਨਾਂ ਪਿੱਛੇ ਨਾ ਤੁਸੀਂ ਨਾ ਆਪਣੇ ਵਾਲੇ ਤੁਸੀਂ ਹੋਰ ਸ਼ਿਫਟ ਹੋ ਲੈ ਪਿੱਛੇ ਹੋਰ ਚੱਲ ਕੁਛ ਨਹੀਂ ਹੋਣਗੇ ਫੋਟੋ ਦੇਖ ਕੇ ਐਂਡ ਵੈਨ ਯੂ ਆਰ ਡੂਇੰਗ ਸਮਥਿੰਗ ਕਮ ਆਨ ਸਰ ਆਡੀਅੰਸ ਸਾਰੇ ਸੁਨਾਮ ਇਲਾਕੇ ਦੀ ਕਾਂਗਰਸ ਪਾਰਟੀ ਦੇ ਵਰਕਰਾਂ ਦੀ ਕਰੀਮ ਸਾਡੇ ਲੋਕਾਂ ਦੇ ਪ੍ਰੈਜ਼ੀਡੈਂਟ ਕਾਂਗਰਸ ਦੇ ਸਾਡੀਆਂ ਮਹਿਲਾ ਕਾਂਗਰਸ ਦੀਆਂ ਭੈਣਾਂ ਯੂਥ ਕਾਂਗਰਸ ਦੇ ਪ੍ਰਧਾਨ ਸਾਹਿਬ ਇੱਥੇ ਦੇ ਤੇ ਨੌਜਵਾਨ ਸਾਥੀ ਪਿੰਡਾਂ ਦੇ ਸਰਪੰਚ ਪੰਚ ਨੰਬੜਦਾਰ ਲੋਕ ਸਮਿਤੀਆਂ ਦੇ ਚੇਅਰਮੈਨ ਅੱਜ ਤੁਸੀਂ ਸਾਰੇ ਇਸ ਵਕਤ ਬਰਾਜਮਾਨ ਹੋ ਉੱਪਰ ਆਪਣੇ ਨਾਲ ਮੇਰੇ ਨਾਲ ਸੱਜੇ ਪਾਸੇ ਜਸਵਿੰਦਰ ਸਿੰਘ ਜੀ ਧਮਾਲ ਜਿਹਨਾਂ ਨੇ 2022 ਚ ਇਸ ਇਲਾਕੇ ਦੀ ਅਗਵਾਈ ਕੀਤੀ ਹੈ ਮੇਰੇ ਨਾਲ ਦਲਵੀਰ ਸਿੰਘ ਜੀ ਗੋਲਡੀ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਸੰਗਰੂਰ ਔਰ ਐਕਸ MLA ਸਾਡੇ ਨੌਜਵਾਨ ਸਾਥੀ ਜਿਹੜੇ ਪੰਜਾਬ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਰਹੇ ਨੇ ਉਹਨਾਂ ਦੇ ਨਾਲ ਅੱਗੇ ਪਾਸੇ ਸਾਡੇ ਬਹੁਤ ਆਦਮੀ ਬੀਬੀ ਰਜਿੰਦਰ ਕੌਰ ਭੱਟਲ ਜੀ ਦੇ ਫਰਜ਼ੰਦ ਰਾਹੁਲ ਇੰਦਰ ਸਿੰਘ ਜੀ ਸਿੱਧੂ ਅਤੇ ਸਟੇਜ ਉੱਪਰ ਹੋਰ ਬਹੁਤ ਸਾਰੇ ਸੰਚਾਲਕ ਸੱਜਣ ਸਾਡੇ ਇਸ ਸੰਗਰੂਰ ਦੇ ਸਾਰੇ ਸਭ ਤੋਂ ਪਹਿਲਾਂ ਪਿਆਰ ਨਾਲ ਔਰ ਪੂਰੇ ਜਜ਼ਬੇ ਦੇ ਨਾਲ ਜਿੱਦਾਂ ਆਪਾਂ ਇਲੈਕਸ਼ਨ ਲੜਨੀ ਹੋਣੀ ਉਹ ਤੁਸੀਂ ਫਤਿਹ ਦਾ ਜਵਾਬ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਦੋਸਤੋ ਵਿਘਨ ਲੱਗ ਚੁੱਕਾ ਹਸਾਬ ਲੈਣ ਦਾ ਟਾਈਮ ਆ ਗਿਆ ਜਿਹੜੇ ਬਹੁਤ ਵੱਡੀਆਂ ਗੱਲਾਂ ਕਰਦੇ ਸੀ ਕਿ ਬਦਲਾਵ ਲੈ ਕੇ ਆਓ ਅਸੀਂ ਤੁਹਾਡੇ ਲਈ ਚੰਦ ਤੋੜ ਕੇ ਲੈ ਕੇ ਆਵਾਂਗੇ ਅਸੀਂ ਤੁਹਾਡੇ ਲਈ ਤਾਰੇ ਤੋੜ ਕੇ ਲੈ ਕੇ ਆਵਾਂਗੇ ਆਹ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਕਾਂਗਰਸ ਅਕਾਲੀ ਦਲ ਜਾਂ ਹੋਰ ਦੇਸ਼ ਦੀਆਂ ਇਹ ਤਾਂ ਨਿਬੜੀਆਂ ਪਈਆਂ ਨੇ ਅਗਰ ਕੋਈ ਦੁੱਧ ਧੋਤਾ ਹੈ ਇਸ ਦੁਨੀਆਂ ਦੇ ਵਿੱਚ ਤੇ ਉਹ ਕੱਲਾ ਕੇਜਰੀਵਾਲ ਉਹਦਾ ਬਿਗੜ ਵਜਾ ਕੇ ਇਹਨਾਂ ਨੇ ਸਾਰੇ ਪੰਜਾਬ ਦੇ ਵਿੱਚ ਹੋਕਾ ਦਿੱਤਾ ਬੜੇ ਵੱਡੇ ਵੱਡੇ ਵਾਅਦੇ ਕੀਤੇ ਖਾਸ ਤੌਰ ਤੇ ਉਹ ਵਾਅਦਾ ਜਿਹੜਾ ਕਿ ਅਸੀਂ ਤਾਂ ਸਾਦੇ ਜਿਹੇ ਬੰਦੇ ਹਾਂ ਜੀ ਅਸੀਂ ਤਾਂ ਰਿਹੜੀਆਂ ਵਾਲੇ ਪਿੰਚਰਾਂ ਵਾਲੇ ਅਸੀਂ ਤਾਂ ਬਿਲਕੁਲ ਸਧਾਰਨ ਜਿਹੇ ਬੰਦੇ ਆਮ ਘਰਾਂ ਚੋਂ ਆਉਂਦੇ ਹਾਂ ਅਸੀਂ ਇੱਕ ਰਾਜਨੀਤੀ ਬਦਲ ਲਾਇਆ ਅਸੀਂ ਸੱਤਾ ਪਰਿਵਰਤਨ ਚ ਵਿਸ਼ਵਾਸ ਨਹੀਂ ਕਰਦੇ ਕੱਲਾ ਰਾਜ ਵਿੱਚ ਵਿਸ਼ਵਾਸ ਨਹੀਂ ਕਰਦੇ ਅਸੀਂ ਵਿਵਸਥਾ ਪਰਿਵਰਤਨ ਕਰਾਂਗੇ ਹੁਣ ਵਿਵਸਥਾ ਪਰਿਵਰਤਨ ਦਾ ਮਤਲਬ ਇਹ ਹੁੰਦਾ ਕਿ ਜੋ ਇਸ ਵਕਤ ਗੰਦਲੀ ਹੋਈ ਹੈ ਰਾਜਨੀਤੀ ਅਸੀਂ ਉਹਨੂੰ ਉਹਦੇ ਮਿਆਰਾਂ ਨੂੰ ਚੱਕ ਕੇ ਉੱਤੇ ਲੈ ਕੇ ਜਾਵਾਂਗੇ ਅੰਨੇ ਹਜ਼ਾਰਾਂ ਦੀ ਮੂਵਮੈਂਟ ਆਈ ਆਪਾਂ ਸਾਰੇ ਭੋਲੇ ਭਾਲੇ ਸੀਗੇ ਮੈਂ ਵੀ ਉਹਦਾ ਸ਼ਿਕਾਰ ਹੋਇਆ ਅਸੀਂ ਵਾਕਈ ਸਮਝਾਇਆ ਕਿ ਬਾਕੀ ਇੱਕ ਬੰਦੇ ਬੜੇ ਸਾਦੇ ਤੇ ਵਧੀਆ ਬੰਦੇ ਆਏ ਨੇ ਇਹ ਅਵਸ਼ ਇਸ ਦੇਸ਼ ਵਿੱਚ ਕੋਈ ਨਾ ਕੋਈ ਚੰਗੀ ਗੱਲ ਆਗਾਜ਼ ਕਰਨਗੇ ਪੰਜਾਬ ਸਭ ਤੋਂ ਜ਼ਿਆਦਾ ਇਨਕਲਾਬੀ ਧਰਤੀ ਹੈ ਮੇਰੇ ਦੋਸਤੋ ਸਾਡੇ ਗੁਰੂਆਂ ਨੇ ਸਾਡੇ ਛੋਟੇ ਛੋਟੇ ਸਾਹਿਬਜ਼ਾਦਿਆਂ ਨੇ ਆਹ 5-7 ਸਾਲ ਉਮਰ ਦੀ ਉਮਰ ਨੀਹਾਂ ਚ ਚੜੇਗੇ ਲੇਕਿਨ ਕਿਸੇ ਦਾ ਜ਼ੁਲਮ ਉਹਨਾਂ ਨੇ ਸਵੀਕਾਰ ਨਹੀਂ ਕੀਤਾ ਕਿ ਅਸੀਂ ਤੁਹਾਡੀ ਕੀਨ ਨਹੀਂ ਮੰਨਾਂਗੇ ਗੁਰੂ ਤੇਗ ਬਹਾਦਰ ਜੀ ਨੂੰ ਅਸੀਂ ਕਹਿੰਦੇ ਹਿੰਦ ਦੀ ਚਾਦਰ ਕਸ਼ਮੀਰ ਦੇ ਪੰਡਤਾਂ ਤੇ ਬ੍ਰਾਹਮਣਾਂ ਦੀ ਖਾਤਰ ਹੈ ਕੋਈ ਦੁਨੀਆਂ ਭਰ ਦੇ ਵਿੱਚ ਜਿਹੜਾ ਉਦਾਹਰਣ ਤੁਸੀਂ ਦੇ ਸਕਦੇ ਮੈਨੂੰ ਜਿਹੜਾ ਮਨੁੱਖਤਾ ਲਈ ਆਪਣੀ ਜਾਨ ਗਵਾ ਗਿਆ ਹੋਵੇ ਮੇਰੇ ਫੌਜਾਂ ਹੋਈਆਂ ਜਰਨੈਲ ਹੋਏ ਜਿਹਨਾਂ ਨੇ ਮੁਲਕ ਫਤਿਹ ਕੀਤੇ ਜਿਹੜੇ ਮੁਲਕਾਂ ਉਹਨਾਂ ਨੇ ਸ਼ਿਕਸਤ ਹੋਏ ਉਸ ਗੁਣ ਨੂੰ ਸ਼ਹੀਦ ਕਹਿੰਦੇ ਆ ਕੋਈ ਹੈ ਗੁਰੂ ਤੇਗ ਬਹਾਦਰ ਵਰਗਾ ਮੈਨੂੰ ਦੱਸ ਦਿਓ ਇੱਕ ਵੀ ਬੰਦਾ ਦੁਨੀਆਂ ਚ ਇਤਿਹਾਸ
ਉਹ ਜਿਹਨੇ ਆਪਣੀ ਜਾਨ ਕਿਸੇ ਹੋਰ ਧਰਮ ਦੇ ਖਾਤਰ ਮਾਰ ਦਿੱਤੀ ਹੋਵੇ। ਗੁਰੂ ਗੋਬਿੰਦ ਸਿੰਘ ਛੋਟੇ ਜਿਹੇ ਸੀਗੇ, ਉਹਦੇ ਲਾਗੇ ਖੇਡ ਰਹੇ ਸੀਗੇ, ਜਦੋਂ ਕਸ਼ਮੀਰ ਦੇ ਪੰਡਿਤਾਂ ਨੇ ਕਿਹਾ ਕਿ ਔਰੰਗਜ਼ੇਬ ਸਾਨੂੰ ਤਲਵਾਰ ਦੀ ਨੋਕ ਤੇ ਸਾਡੇ ਜਨੇਊ ਲੁਹਾ ਕੇ ਸਾਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਵਾ, ਕੋਈ ਹੈ? ਅਸੀਂ ਨਿਗਾਹ ਮਾਰੀ ਸਾਰੇ ਦੇਸ਼ ਵਿੱਚ, ਸਾਨੂੰ ਕਿਤੇ ਨਹੀਂ ਲੱਗਾ ਸਾਨੂੰ ਅਨੰਦਪੁਰ ਦੀ ਧਰਤੀ ਤੇ ਬੈਠੇ ਤੁਸੀਂ ਨਜ਼ਰ ਆਏ। ਗੁਰੂ ਗੋਬਿੰਦ ਸਿੰਘ ਕਹਿੰਦੇ ਜਦੋਂ ਥੋੜਾ ਜਿਹਾ ਸੋਚਿਆ ਉਹਨਾਂ ਕਿਉਂ ਦੇ ਲਈ, ਗੁਰੂ ਗੋਬਿੰਦ ਸਿੰਘ ਛੋਟੀ ਜਿਹੀ ਅਵਸਥਾ ਸੀਗੀ, ਕਹਿੰਦੇ ਪਿਤਾ ਜੀ ਤੁਹਾਡੇ ਕੋਲ ਜ਼ਿਆਦਾ ਇਹਨਾਂ ਦੀ ਹਿਫਾਜ਼ਤ ਕੌਣ ਕਰ ਸਕਦਾ। ਉਹਨੇ ਇੱਕ ਬੱਚੇ ਦੀ ਗੱਲ ਮੰਨ ਕੇ ਦਿੱਲੀ ਜੋ ਹੋਇਆ ਉਹ ਇਤਿਹਾਸ ਹੈ। ਫਿਰ ਜੋ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਟ ਨਾ ਇੱਟ ਖੜਕਾਈ ਉਹ ਵੀ ਇਤਿਹਾਸ ਹੈ। ਉਹ ਇਹਨਾਂ ਯੋਧਿਆਂ ਦੀ ਧਰਤੀ ਆ। ਸ਼ਹੀਦ ਊਧਮ ਸਿੰਘ ਤੁਹਾਡੇ ਸੁਨਾਮ ਦਾ ਸਾਡਾ ਫਖਰ, ਉਹਨਾਂ ਦੀ ਧਰਤੀ ਆ। ਲੋਕਾਂ ਨੇ ਕਿਹਾ ਯਾਰ ਬੰਦੇ ਆ ਗਏ ਨੇ, ਲੈ ਵੀ ਇਹ ਦੇਸ਼ ਨੂੰ ਚਮਕਾਉਣਗੇ, ਕਿਉਂਕਿ ਜਿਹੜਾ ਸਾਡੇ ਦੇਸ਼ ਦੀ ਰਾਜਨੀਤੀ ਹੈ ਨਾ, ਜਿਹੜੀ ਸਾਡੇ ਦੇਸ਼ ਦੀ ਰਾਜਨੀਤੀ ਹੈ ਨਾ, ਇਹ ਇਕੱਲੀ ਭਾਰਤ ਦੀ ਖਰਾਬ ਨਹੀਂ ਹੋਈ, ਲਾਗੇ ਗੁਆਂਢੀ ਮੁਲਕਾਂ ਦੀ ਦੇਖ ਲਓ। ਪਾਕਿਸਤਾਨ ਇਮਰਾਨ ਖਾਨ ਨੂੰ ਫੜ ਕੇ ਅੰਦਰ ਦਿੱਤਾ ਹੋਇਆ, ਉਹਦੇ ਤੇ ਕਿੰਨੇ ਪਰਚੇ ਪਾ ਤੇ ਉਹਦੀ ਘਰਵਾਲੀ ਨੂੰ ਫੜ ਕੇ ਅੰਦਰ ਦਿੱਤਾ, ਉੱਥੇ ਕਈਆਂ ਨੇ ਇਲੈਕਸ਼ਨ ਕਰਾ ਲਈ, ਉਹਦਾ ਸਿੰਬਲ ਖੋਲਿਆ, ਪਾਰਟੀ ਡੀ ਰਜਿਸਟਰ ਕਰਾਤੀ, ਇਲੈਕਸ਼ਨਾਂ ਤੋਂ ਬਾਅਦ ਫਿਰ ਜਿੱਤ ਗਿਆ, ਧੱਕੇ ਨਾਲ ਹਰਾ ਕੇ ਉਹ ਸਰਕਾਰ ਬਣਾ ਲਈ ਉੱਥੇ ਫੌਜ ਦੀ ਮਦਦ ਦੇ ਨਾਲ। ਆਹ ਬੰਗਲਾਦੇਸ਼ ਸ਼ੇਖ ਹਸੀਨਾ ਪੰਜਵੀਂ ਵਾਰ ਉੱਥੋਂ ਦੀ ਪ੍ਰਾਈਮ ਮਿਨਿਸਟਰ ਬਣੀ ਹੈ, ਤੇ ਤੁਸੀਂ ਮੈਦਾਨ ਖਾਲੀ ਕਰ ਦਿਓ ਤੇ ਖੇਡਣ ਵਾਲਾ ਨਾ ਕੁਛ ਛੱਡੋ, ਆਪੇ ਜਿੱਤ ਜਾਣਾ। ਉਹਨੇ ਕੀ ਕੀਤਾ, ਜਿਹੜੀ ਉਹਦੀ ਮੇਨ ਓਪੋਜੀਸ਼ਨ ਪਾਰਟੀ ਸੀ ਬੰਗਲਾਦੇਸ਼ ਦੀ BNP, ਉਹਦੇ 20,000 ਕਾਰਨਕਾਲ ਤੋਂ ਫੜ ਕੇ ਜੇਲ੍ਹ ਦੇ ਕੇ 6 ਮਹੀਨੇ ਪਹਿਲਾਂ 20,000 ਤੇ ਇਲੈਕਸ਼ਨ ਕਰਾਈ, ਥੱਪ ਕੇ ਰਿਡੀਮ ਕੀਤੀ, ਬੂਥ ਕੈਪਚਰਿੰਗ, ਤੇ ਪੰਜਵੀਂ ਵਾਰ ਪ੍ਰਾਈਮ ਮਿਨਿਸਟਰ ਬਣ ਗਈ। ਇਹ ਗੰਦ ਕੱਢਣਾ ਚਾਹੀਦਾ ਸੀ ਦੇਸ਼ ਵਿੱਚੋਂ, ਲੋਕਾਂ ਨੇ ਕਿਹਾ ਲੈ ਵੀ ਆਹ ਕੱਢਣਾ। ਲੇਕਿਨ ਕੇਜਰੀਵਾਲ ਅੱਜ ਕਿੱਥੇ ਖੜਾ ਮੇਰੇ ਵੀਰੋ ਦੱਸੋ, 14 ਤੇ 24 10 ਸਾਲ ਅੱਜ ਕਿੱਥੇ ਖੜਾ ਕੇਜਰੀਵਾਲ? ਜਵਾਬ ਦੇ ਦੇਣਾ, ਇਹ ਕਹਿ ਦੇਣਾ ਕਿ ਅਸੀਂ ਕੱਟੜ ਇਮਾਨਦਾਰ ਹੈ ਕਾਫੀ ਨਹੀਂ ਗਾ। ਅੱਜ ਅਰਵਿੰਦ ਕੇਜਰੀਵਾਲ ਤੋਂ ਉਹਦੀ ਸਮੁੱਚੀ ਪਾਰਟੀ ਸੈਂਕੜੇ ਕਰੋੜਾਂ ਦੇ ਦਿੱਲੀ ਦੇ ਸ਼ਰਾਬ ਘੁਟਾਲੇ ਦੇ ਵਿੱਚ ਫਸੇ ਹੋਏ। ਅਗਰ ਉਹ ਦੇਖਣਾ ਹੁੰਦੇ ਤਾਂ ਸਤਿੰਦਰ ਜੈਨ ਤੇ ਮਨੀਸ਼ ਸਿਸੋਡੀਆ ਨੂੰ ਅੱਜ ਤੋਂ 10 ਮਹੀਨੇ 12 ਮਹੀਨੇ ਪਹਿਲਾਂ ਜ਼ਮਾਨਤਾਂ ਮਿਲ ਜਾਂਦੀਆਂ। ਜ਼ਮਾਨਤਾਂ ਸੁਪਰੀਮ ਕੋਰਟ ਨੇ ਰਿਜੈਕਟ ਕੀਤੀਆਂ। ਸੁਪਰੀਮ ਕੋਰਟ ਨੇ ਕਿਹਾ ਕਿ 338 ਕਰੋੜ ਰੁਪਏ ਦੀ ਸ਼ਰਾਬ ਦੇ ਘੁਟਾਲੇ ਦੀ ਮਨੀ ਟ੍ਰੇਲ ਤੁਹਾਡੇ ਖਾਤਿਆਂ ਦੇ ਵਿੱਚ ਪਾਰਟੀ ਦੇ ਵਿੱਚ ਜੁੜ ਰਹੀ ਹੈ। ਫਿਰ ਵੀ ਕਹਿ ਜਾਂਦੇ ਸਪੈਕਟਰ ਮਾਮਲਾ, ਜਦੋਂ ਕੇਜਰੀਵਾਲ ਅਰੈਸਟ ਕੀਤਾ ਉਹਦੇ ਖਿਲਾਫ ਉਹਨੇ ਹਾਈਕੋਰਟ ਚੁਣੌਤੀ ਦਿੱਤੀ ਕਿ ਮੈਨੂੰ ਗੈਰ ਕਾਨੂੰਨੀ ਅਰੈਸਟ ਕੀਤਾ ਗਿਆ। ਹਾਈਕੋਰਟ ਨੇ ਉਹਦਾ ਮੁਕੱਦਮਾ ਸੁਣਿਆ ਜੱਜ ਨਾਲ, ਤੇ ਬਾਅਦ ਚ ਕਹਿਤਾ ਕਿ ਕੇਜਰੀਵਾਲ ਤੇਰੇ ਖਿਲਾਫ ਬਹੁਤ ਜ਼ਬਰਦਸਤ ਸਬੂਤ ਨੇ, ਤੇਰਾ ਤੇਰੀਆਂ ਤਾਰਾ ਤੇ ਕਵਿਤਾ ਜਿਹੜੀ BRS ਦੀ ਕੁੜੀ ਆ ਉੱਥੋਂ ਤੇਲੰਗਾਨਾ ਜੋ ਉਹਨਾਂ ਨੇ ਕੋਈ ਤੇਰੇ ਖਿਲਾਫ ਗਵਾਹੀ ਦਿੱਤੀ, ਜਿਹਨਾਂ ਵੀ ਤੂੰ ਇਸ ਸ਼ਰਾਬ ਦੀ ਪਾਲਿਸੀ ਵਿੱਚ ਬੈਨੀਫਿਟ ਦਿੱਤਾ ਸੀਗਾ, ਫਾਇਦਾ ਦਿੱਤਾ, ਉਹਨਾਂ ਨੇ ਤੇਰੇ ਖਿਲਾਫ ਬਿਆਨ ਦਿੱਤੇ ਨੇ, ਤੇਰੇ ਅਕਾਊਂਟਾਂ ਦੇ ਵਿੱਚ ਤੇਰੇ ਪੀਏ ਤੇ ਤੇਰੇ ਪਾਠਕ ਦੇ ਖੁਲਾਸੇ ਤੇ ਮੇਜਰ ਪਤਾ ਨੀ ਕਿੰਨੇ, ਇੱਕ ਬਕਾਇਦਾ ਮੇਰੇ ਕੋਲ 150 ਸਫ਼ੇ ਦੀ ਜੱਜਮੈਂਟ ਦਿੱਤੀ ਕਿ ਤੂੰ ਅੰਦਰ ਹੀ ਰਹੇਗਾ। ਫਿਰ ਕਹਿ ਜਾਂਦੇ ਸੀ ਕੱਟੜ ਇਮਾਨਦਾਰ ਔਰ ਅੰਦਰ ਪਖੰਡ, ਖਰੇ ਨੂੰ ਵੀ ਜੇਲ੍ਹ ਸੁੱਟਿਆ ਸੀ, ਮੈਂ ਬੰਦਿਆਂ ਨੂੰ ਜੇਲ੍ਹ ਚੱਲੇ ਜਾ, ਕਿਉਂਕਿ ਸਾਡੇ ਨਾਲ ਅਕਾਲਪੁਰ ਵਾਹਿਗੁਰੂ ਦੀ ਸ਼ਕਤੀ ਸੀ ਤੇ ਮੈਂ ਬੇਗੁਨਾਹ ਸੀਗਾ, ਮੈਂ ਵੀ ਜੇਲ੍ਹ ਕੱਟੀ ਲਿਆ। ਤੋ ਹੁਣ ਬਿਲਕ ਦੇ ਫਿਰਦੇ ਨੇ, ਬਿਲਕ ਦੇ ਸ਼ੂਗਰ ਕੰਮ ਹੋ ਗਈ ਹੈ ਕੇਜਰੀਵਾਲ ਦੀ, ਹਲੇ ਤਾਂ ਬੜਾ ਕੁਛ ਕੰਮ ਹੋਣਾ ਵਾ, ਸ਼ੂਗਰ ਕੰਮ ਹੋ ਗਈ ਹੈ। ਤੇ ਕੋਰਟ ਨੇ ਅਦਾਲਤ ਨੇ ਪੁੱਛਿਆ ਪ੍ਰੋਸੀਕਿਊਸ਼ਨ ਜਿਹੜੀ ਹੈ ED ਕਿ ਇਲਜ਼ਾਮ ਆਉਂਦੇ ਨੇ ਕਿ ਇਹਦੀ ਸ਼ੂਗਰ ਘੱਟ ਗਈ, ਤੁਸੀਂ ਇਹਦਾ ਇਲਾਜ ਨਹੀਂ ਕਰਾ ਰਹੇ। ਉਹ ਕਹਿੰਦਾ ਜੀ ਇਹਦਾ ਕੀ ਦੱਸੀਏ, ਤਾਂ ਧੱਕੇ ਨਾਲ ਗੁਲਾਬ ਜਾਮਣ ਖਾ ਰਿਹਾ, ਅੰਬ ਚੂਪਦਾ ਰੋਜ਼, ਤੇ ਕੁੜੀ
ਰੋਟੀਆਂ ਤੇ ਚਨੇ ਰੋਟੀ ਖਾਂਦਾ ਤਾਂ ਕਿ ਸ਼ੂਗਰ ਵੱਧ ਜਾਏ ਇਹਦੀ, ਕਿਤੇ ਨਾ ਕਿਤੇ ਅਸੀਂ ਜਮਾਨ ਤੇ ਮੈਡੀਕਲ ਗਰਾਊਂਡ ਤੇ ਜਮਾਨ ਤੇ ਪਖੰਡੀ ਯਾਰ ਖੰਡੀ। ਹੁਣ ਚੀਕਾ ਮਾਰਦੇ ਨੇ 4 ਕਿਲੋ ਵਜ਼ਨ ਘਟ ਗਿਆ ਕੇਜਰੀਵਾਲ ਦਾ, ਭਾਈ ਸਾਹਿਬ ਬਾਹਰ ਰਹਿ ਕੇ ਜਿਹੜੇ ਤੁਸੀਂ ਆਨੰਦ ਮਾਣੇ ਸ਼ੀਸ਼ ਮਹਿਲ ਸ਼ਾਹਪੁਰ ਦੇ ਮਹਿਲ ਚ ਰਹਿ ਕੇ ਜਿਹੜੀਆਂ ਮੌਜਾਂ ਮਾਣੀਆਂ ਨੇ ਪਸਾਦੇ ਛਕੇ ਨੇ, ਲੋੜ ਨੂੰ ਜ਼ਿਆਦਾ ਤੁਸੀਂ ਜਿਹੜਾ ਲੁੱਟਿਆ ਲੋਕਾਂ ਨੂੰ ਉਹਦਾ ਹਿਸਾਬ ਨਾ। 10 ਸਾਲ ਬਾਅਦ ਸੈਂਕੜੇ ਕਰੋੜਾਂ ਦੇ ਘੁਟਾਲੇ ਜਿਹੜੇ ਫਸੇ ਹੋਏ ਨੇ ਇੱਥੇ। ਹੁਣ ਜਸਵਿੰਦਰ ਨੇ ਗੱਲ ਕੀਤੀ ਔਰ ਇੱਥੇ ਕਹਿੰਦੇ ਰਹਿੰਦੇ ਨੇ ਨਾ ਆਪਾਂ ਨੂੰ, ਜਦੋਂ ਦੇਖੋ ਇੱਕੋ ਗੱਲ ਕਹੀ ਜਾਂਦੇ ਇਹਨਾਂ ਹੁਕਮਾਂ ਦਾ ਲੈਕਚਰ ਵੀ ਵਿਧਾਨ ਸਭਾ ਦੇ ਬਾਹਰ 70 ਸਾਲ ਚ ਕੁਛ ਨੀ ਕੀਤਾ, ਇਹਨਾਂ ਨੇ 70 ਸਾਲ ਚ ਕੁਛ ਨੀ ਕੀਤਾ, ਇਹਨਾਂ ਨੇ 70 ਸਾਲ ਚ ਕੁਛ ਨੀ ਕੀਤਾ। ਇਹਨੂੰ ਪੁੱਛੇ ਪਿਓ ਦੇ ਪੁੱਤ ਨੇ ਉਹਨੂੰ ਕਿ ਭਾਗੜਾ ਟਾਇਮ ਤੇਰੇ ਲਾਲੇ ਨੇ ਪਹਿਲਾਂ ਅਸੀਂ ਦੱਸਣ ਵਾਲੇ ਭਾਗੜਾ ਟਾਇਮ ਛੋਟੀ ਜਿਹੀ ਚੀਜ਼ ਹੈ, ਕਿੱਡੀ ਵੱਡੀ ਉਪਲਬਧੀ ਜਿਹਦੇ ਤੋਂ ਬਿਜਲੀ ਪੈਦਾ ਕਰਕੇ ਘਰਾਂ ਚ ਰੋਸ਼ਨੀ ਪਹੁੰਚਾਈ। ਕਿੰਨੇ ਸਾਲ ਪਹਿਲਾਂ? 71 ਸਾਲ ਪਹਿਲਾਂ ਪੰਜਾਬ ਯੂਨੀਵਰਸਿਟੀ, ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ, ਪੰਜਾਬੀ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਯੂਨੀਵਰਸਿਟੀਆਂ ਜਿੱਥੋਂ ਸਾਡੇ ਬੱਚੇ ਡਾਕਟਰ, PhD, ਇੰਟਲੈਕਚੁਅਲ, ਇੰਜੀਨੀਅਰ, ਨਿਊਕਲੀਅਰ ਸਾਇੰਟਿਸਟ ਬਾਹਰ ਫਿਰ ਕਈ ਜਾਂਦੇ, ਇਹਨਾਂ ਨੇ ਕੁਛ ਨੀ ਕੀਤਾ। ਅੱਜ ਦਰਿਆਵਾਂ ਨੂੰ ਬੰਨ ਲਾਏ ਪ੍ਰਤਾਪ ਸਿੰਘ ਖਹਿਰੋ ਨੇ, ਦਰਿਆ ਅਗਰ ਦਰਿਆ ਦਾ ਕਹਿਰ ਬਚਾ ਦਿੱਤਾ ਉਹਨੂੰ ਰੋਕ ਨੀ ਸਕਦੇ। ਬਿਆਸ, ਸਤਲੁਜ, ਇਹ ਜਿਹੜੇ ਦਰਿਆ ਪੰਜਾਬ ਦੇ ਵਿੱਚ ਨੇ, ਰਾਵੀ, ਬੰਨਿਆ ਗਿਆ ਵਾ, ਇਹਨਾਂ ਦੇ ਉੱਤੇ ਬੰਨ ਬਣਾਏ ਗਏ, ਸੜਕਾਂ ਬਣਾਈਆਂ ਗਈਆਂ ਨੇ, ਹਰੀ ਕ੍ਰਾਂਤੀ, ਚਿੱਟੀ ਕ੍ਰਾਂਤੀ, ਸਾਡੀਆਂ ਆਮਦਨਾਂ ਡਬਲ ਕੀਤੀਆਂ, ਅਮਰੀਕਾ ਤੋਂ ਲਿਆ ਕੇ ਟੈਕਨੋਲੋਜੀ ਸਾਡੀਆਂ ਏਦਾਂ ਦੇ ਬੀਜ ਲਿਆਂਦੇ ਕਿ ਸਾਡੀ ਹਰੀ ਕ੍ਰਾਂਤੀ ਨੇ ਸਾਡੀ ਪੈਦਾਵਾਰ 3 ਗੁਣਾ ਕੀਤੀ। ਚਿੱਟੀ ਕ੍ਰਾਂਤੀ, ਦੁੱਧ ਬਾਹਰਲੀਆਂ ਗਾਈਆਂ, ਇੱਥੋਂ ਦਾ ਟੈਕਨੋਲੋਜੀ, ਫਿਰ ਵੀ ਕਹੀ ਜਾਂਦੇ ਆ ਤੁਸੀਂ ਕੁਛ ਨੀ ਕੀਤਾ। ਇਹਦਾ ਮਤਲਬ ਤਾਂ ਇਹ ਯਾਰ, ਅਮਨ ਅਰੋੜਾ ਨੂੰ ਕਹਿਣਾ ਚਾਹੁੰਦਾ ਤੇਰੇ ਪਿਓ ਦਾ ਮਜ਼ਾਕ ਉਡਾਉਂਦੇ ਨੇ, ਕਿਉਂਕਿ ਭਗਵਾਨ ਦਾਸ ਕਿਹੜੀ ਪਾਰਟੀ ਸੀ ਦੱਸੋ, ਕਾਂਗਰਸ ਵਿੱਚ ਸੀਗਾ ਨਾ ਅਮਨ, ਤੇ ਤੂੰ ਜਵਾਬ ਨੀ ਦੇ ਰਿਹਾ। ਮੈਂ ਕਿਹਾ ਸੀ ਜਵਾਬ ਦੇ ਕੇਜਰੀਵਾਲ ਦਾ, ਭਗਵਾਨ ਮਾਨ ਦਾ, ਉਹ 92 ਪਹਿਲੀ ਵਾਰ ਇਲੈਕਟ ਹੋਏ, ਉਹ ਮਿਨਿਸਟਰ ਰਹੇ ਨੇ, ਅਕਸਰ ਪੁੱਛਦਾ ਉਸਨੇ ਕੀਤਾ ਹੋਊਗਾ ਨਾ, ਤਾਂ ਕਿ ਲੋਕਾਂ ਨੇ ਤੈਨੂੰ ਐਕਸੈਪਟ ਕੀਤਾ, ਤੇ ਉਹ ਕਿਦੋਂ ਉਹ ਕਿਹੜੀ ਪਾਰਟੀ ਨੇ ਕੰਮ ਕੀਤਾ ਅਮਨ, ਇਹ ਦੱਸ ਉਹ ਕੀਤਾ ਕਾਂਗਰਸ ਪਾਰਟੀ ਨੇ। ਇਹਦਾ ਮਤਲਬ ਜਦੋਂ ਭਗਵਾਨ, ਜਦੋਂ ਭਗਵਾਨ ਦਾ ਮਜ਼ਾਕ ਉਡਾਉਂਦਾ ਤੇਰੇ ਪਿਓ ਦਾ ਵੀ ਮਜ਼ਾਕ ਉਡਾਉਂਦਾ ਮੇਰੇ ਜੀ। ਤੇ ਜੇ ਆਪਾਂ ਆਪਣੇ ਪਿਓ ਦਾ ਮਜ਼ਾਕ ਸਹਿ ਕੱਲ ਨੂੰ ਮੇਰੇ ਪਿਓ ਦੇ ਮਜ਼ਾਕ ਨੂੰ ਗੱਲ ਕਰੂੰਗਾ ਮੈਂ ਜ਼ਰੂਰ, ਕਦੀ ਨੈਵਰ। ਪਿਓ ਮਤਲਬ ਬਾਜਾ ਵਾਲਾ ਵੀ ਆ, ਤੇ ਪਿਓ ਮੇਰਾ, ਮੇਰਾ ਪਿਓ ਸਰਦਾਰ ਸੁਖਜਿੰਦਰ ਸਿੰਘ ਸਾਹਿਬ ਮੰਤਰੀ ਸਵਰਗਵਾਸ ਵੀ ਨੇ, ਅਗਰ ਉਹਨਾਂ ਦੇ ਖਿਲਾਫ਼ ਕੋਈ ਗੱਲ ਕਰੇ ਤੇ ਫਿਰ ਆਪਾਂ ਬੰਦੇ ਕਹਿੰਦੇ, ਫਿਰ ਤਾਂ ਆਪਾਂ ਇੱਕ ਕਾਇਰ ਇਨਸਾਨ ਹੋ ਗਏ। ਬੈਠੇ ਨੇ ਬੜੇ ਸੋਹਣੇ ਕੈਬਨਿਟ ਦੇ ਵਿੱਚ, ਮਹਿਕਮਾ ਖੋਲਿਆ, ਪਤਾ ਨੀ ਕਿਹੜਾ ਸੀ, ਹਾਊਸਿੰਗ ਵਗੈਰਾ ਜਿਹੜਾ ਇੰਪੋਰਟੈਂਟ ਮਹਿਕਮਾ ਸੀਗਾ ਉਹ ਖੋਲਿਆ, ਫਿਰ ਵੀ ਕਹਿੰਦੇ ਅਸੀਂ ਉਸੇ ਤਨਖਾਹ ਤੇ ਕੰਮ ਕਰਾਂਗੇ। ਅਮਨ ਅਰੋੜਾ ਦੇ ਘਰ ਦੇ ਬਾਹਰ, ਮੈਂ ਜਿੱਥੇ ਰਵਿਦਾਸ ਪਿਆ ਆਇਆ ਸੀ ਉੱਥੇ ਸੁਨਾਮ ਚ, ਜਦੋਂ ਸ਼ਰਾਬ ਦੇ ਨਾਲ 25 ਬੰਦੇ ਮਰ ਗਏ ਨੇ ਗੁਜਰਾਤ ਦੇ ਰਵਿਦਾਸਪੁਰੇ, ਮੈਂ ਵਿਜ਼ਿਟ ਕੀਤਾ ਰਵਿਦਾਸਪੁਰਾ, ਉੱਥੇ ਚੰਗੇ ਲੋਕਾਂ ਨੇ, ਕੁਝ ਸਿੱਖ ਅੰਮ੍ਰਿਤਧਾਰੀ ਔਰਤਾਂ ਬੰਦਿਆਂ ਨੇ ਕਿਹਾ ਕਿ ਸੁਨਾਮ ਵਿੱਚ ਦੱਸੋ ਕਿਹੜਾ ਨਸ਼ਾ ਨਹੀਂ ਮਿਲ ਰਿਹਾ, ਚਿੱਟਾ, ਟੀਕੇ, ਮੈਡੀਕਲ, ਸਿੰਥੈਟਿਕ, ਕੈਮੀਕਲ, ਜੋ ਤੁਸੀਂ ਕਹੋ, ਸ਼ਰਾਬ, ਜ਼ਹਿਰੀਲੇ ਨਸ਼ੇ, ਟੀਕੇ, ਬੜੇ ਸੋਹਣੇ ਕਹਿੰਦੇ ਅਸੀਂ ਅਸੀਂ ਕੁਛ ਅਸੀਂ ਤਾਂ ਬਦਲਾਵ ਲੈ ਆਉਂਦਾ ਜੀ। ਕੇਜਰੀਵਾਲ ਦਿੱਲੀ ਚ ਬੈਠਾ ਵਾ, ਇਮਾਨਦਾਰੀ ਨਾਲ ਮੈਨੂੰ ਦੱਸੋ, ਕਦੀ ਕੋਈ ਮੁੱਖ ਮੰਤਰੀ ਜੇ ਜੋ ਸਰਕਾਰ ਚਲਾ ਸਕਦਾ ਤੁਸੀਂ ਬੜੇ ਸਾਡੇ ਪਿੰਡ ਬੈਠੇ ਚਲਾ ਸਕਦਾ, ਤੇਰਾ ਦੱਸੋ ਜੀ, ਨਹੀਂ ਨਾ ਚਲਾ ਸਕਦਾ, ਕਿਉਂਕਿ ਜੇਲ੍ਹ ਦੇ ਵਿੱਚ ਤੁਹਾਨੂੰ ਕਾਂਗਰਸ ਦਾ ਲਾਉਟ ਸੀਗਾ, ਮੈਂ ਨਾ ਜੇਲ੍ਹ ਲੈ ਕੇ ਆਇਆ 4 ਮਹੀਨੇ, ਤੁਹਾਨੂੰ ਪੈਨ ਲਾਉਟ ਸੀਗਾ, ਤੁਹਾਨੂੰ ਟੈਲੀਫੋਨ ਐਕਸੈਸ ਲਾਉਟ ਨਹੀਂ ਕਿ ਤੁਸੀਂ ਕਰ ਨਹੀਂ ਸਕਦੇ, ਇਹਨਾਂ ਤੋਂ ਬਗੈਰ
ਇਹ 70 ਸਾਲ ਵਿੱਚ ਪਹਿਲੀ ਵਾਰੀ ਹੋਇਆ ਵਾ, ਹੋਰ ਤਾਂ ਕੁਛ ਨਹੀਂ ਹੋਇਆ। 70 ਸਾਲ ਪਹਿਲੀ ਵਾਰੀ ਇਹ ਹੋਇਆ ਕਿ ਕੇਜਰੀਵਾਲ ਕੁਰਸੀ ਨੂੰ ਚਿੰਬੜ ਗਿਆ ਵਾ, ਕਿ ਕਿਸੇ ਤਰੀਕੇ ਨਾਲ ਕੁਰਸੀ ਨੂੰ ਮੈਂ ਛੱਡ ਨਾ ਦਿਆਂ। ਇਹ ਜ਼ਰੂਰ ਕੇਜਰੀਵਾਲ ਤੇ ਆਪ ਭਗਵਾਨ ਤੇ ਤੁਸੀਂ ਜਿਹੜੇ ਸੁਣਦੇ ਹੋ ਇਹ ਜ਼ਰੂਰ ਤੁਸੀਂ ਕੀਤਾ ਵਾ। ਔਰ ਭਗਵਾਨ ਤਾਂ ਬਾਹਰ ਗੁਜਰਾਤ ਚ ਗਿਆ, ਉੱਥੇ ਗੁਜਰਾਤੀਆਂ ਨੂੰ ਭਾਵਕ ਕਰਨ ਦੇ ਨਜ਼ਰੀਏ ਨਾਲ ਉੱਥੇ ਖੜ ਕੇ ਸਟੇਜ ਕਰਦਾ, ਸਾਡਾ ਅਰਵਿੰਦ ਕੇਜਰੀਵਾਲ ਕੱਟੜ ਇਮਾਨਦਾਰ ਇਹਨਾਂ ਨੇ ਗੈਰ ਕਾਨੂੰਨੀ ਗ੍ਰਿਫਤਾਰ ਕੀਤਾ ਤੇ ਉੱਥੇ ਰੋਣ ਲੱਗ ਗਿਆ, ਉਹ ਕੇਜਰੀਵਾਲ ਬਾਹਰ ਗਿਆ, ਕੇਜਰੀਵਾਲ ਪਕੜਾ ਗਿਆ ਹੈ। ਉੱਥੇ ਲਗਾ ਲਿਆ ਗਿਆ ਗੁਜਰਾਤ। ਮੈਂ ਭਗਵਾਨ ਤੇ ਪੁੱਛਣਾ ਚਾਹੁੰਦਾ, ਤੈਨੂੰ ਨਹੀਂ ਉਹਦੇ ਰੋਣ ਆਇਆ ਜਿੱਦਣ ਸਿੱਧੂ ਮੂਸੇਵਾਲੇ ਦਾ ਪੁੰਡਾ ਮਾਰਿਆ ਸੀਗਾ? ਨਹੀਂ ਰੋਣਾ ਆਇਆ ਤੈਨੂੰ ਉਹਦਿਨ ਜਿੱਦਣ ਸਿੱਧੂ ਮੂਸੇਵਾਲੇ ਨੂੰ ਕਤਲ ਕਰਕੇ ਉਹ ਤਹਾਂ ਮਾਰਦੇ ਰਹੇ ਕਿ ਸਾਡੇ ਬੱਚੇ ਦੇ ਕਾਤਲ ਲੱਭ ਲਾ, ਉਹ ਸਾਡੇ ਬੱਚੇ ਦੇ ਕਾਤਲ ਫੜ ਲਾ। 2 ਸਾਲ ਹੋ ਗਏ ਨੇ, 2 ਸਾਲ ਫੋਟੋਆਂ ਦਿਖਾਈਆਂ, ਅਗਰ ਕਿਤੇ ਹੈਗੀ ਫੋਟੋ ਦਿਖਾਇਓ ਜਰਾ। ਇੱਕ ਉਹਨਾਂ ਦਾ ਗੁਨਾਹਗਾਰ, ਇੱਕ ਗੁਨਾਹਗਾਰ ਮਾਨਸਿੰਘ ਰਹਿਣ ਵਾਲਾ ਕੋਈ ਜੀਵਨ ਜੋਤ ਚਾਹਲ ਸਿੱਧੂ ਮੂਸੇਵਾਲੇ ਦੇ ਚਲਾਨ ਦੇ ਵਿੱਚ ਨੰਬਰ 4 ਤੇ ਨਾਮਜ਼ਦ ਆ, LOC ਖੁੱਲੀ ਹੋਈ ਆ ਕਿ ਉਹ ਮੀਟ ਫੇਅਰ ਦੇ ਨਾਲ ਕੈਂਪੇਨ ਕਰ ਰਿਹਾ। ਅਗਰ ਫੋਟੋ ਲੱਭ ਕੇ ਤੁਹਾਨੂੰ ਦਿਖਾਇਆ ਤੁਹਾਨੂੰ ਦਿਖਾਉਣਾ, ਮੀਡੀਆ ਨੂੰ ਦਿਖਾਈ ਹੋਈ ਤੁਹਾਨੂੰ ਉਹ ਇਹਦੇ ਨਾਲ ਕੈਂਪੇਨ ਦੇ ਵਿੱਚ ਆ, ਔਰ ਇਹਦੀ ਸ਼ਾਦੀਆਂ ਦੇ ਵਿੱਚ ਇਹਦਾ ਨਾਲ ਵਿਆਹ ਹੋਇਆ, ਉਹਦੇ ਨਾਲ ਫੋਟੋਆਂ 'ਚ ਖੜਾ ਵਾ। ਉਹਨੂੰ ਇਨਸਾਫ ਤੱਕ ਦੇਣਾ ਸੀ ਸਿੱਧੂ ਮੂਸੇਵਾਲੇ ਨੂੰ, ਉਹਦੇ ਏਦਾਂ ਨਾ ਉਹਦੇ ਜ਼ਖਮ ਇਹਦਾ ਖੋਲ ਕੇ ਤੇ ਭਗਵੰਤ ਮਾਨ ਨੇ ਮਜ਼ਾ ਲੈ ਲਿਆ ਕਿ ਮਿਰਚਾਂ ਸੁੱਟ ਕੇ ਆਇਆ, ਮਿਰਚ ਪਾ ਕੇ ਉਹ ਤੜਪੜੇ ਨੇ ਵਿਚਾਰੇ। ਤੈਨੂੰ ਰੋਣਾ ਤਾਂ ਨਹੀਂ ਆਇਆ ਜਿੱਦਣ ਸ਼ੁਭ ਕਰਨ ਮਾਰਿਆ ਗਿਆ ਗੁਰੂ ਨਾਲ, ਉਹ ਕਿਸੇ ਦਾ ਪੁੱਤ ਸੀਗਾ, ਜਿੱਦਾਂ ਕੇਜਰੀਵਾਲ ਕਹਿੰਦੇ ਨਾ ਕਿਸੇ ਦਾ ਪੁੱਤ ਆ, ਏਦਾਂ ਸ਼ੁਭ ਕਰਨ ਭਾਵਾਂ ਗਰੀਬ ਸੀ ਵਿਚਾਰਾ, ਪੁੱਤ ਕਿਸੇ ਦਾ ਹੈਗਾ ਸੀਗਾ ਉਹ। ਤੁਸੀਂ ਉਹਦੇ ਉਹਨਾਂ ਰੋਇਆ ਪਰਮਾਤਮਾ, ਤੈਨੂੰ ਰੋਣਾ ਆਇਆ ਕਿ ਜਦੋਂ ਸਾਡੇ ਕਿਸਾਨਾਂ ਨੂੰ ਕੁੱਟਿਆ, ਸਾਡੇ ਨਿਸ਼ਾਨ ਸਾਹਿਬ ਪੁੱਛਲੇ, ਸਾਡੇ ਟਰੈਕਟਰ ਭੰਨੇ ਸ਼ੰਭੂ ਦੇ ਵਿੱਚ, ਤੈਨੂੰ ਤਾਂ ਨਹੀਂ ਰੋਣਾ ਆਇਆ ਪਰਮਾਤਮਾ। NSA ਲਾ ਕੇ ਸਾਡੇ ਨੌਜਵਾਨਾਂ ਨੂੰ ਡਿਬਰੂਗੜ੍ਹ ਦੀ ਜੇਲ੍ਹ ਚ ਭੇਜਤਾ, ਆਸਾਮ NSA ਫਿਰ ਹੋਇਆ ਇੱਕ ਸਾਲ ਵਾਸਤੇ, ਉਹ ਵੀ ਕਿਸੇ ਦੇ ਪੁੱਤ ਨੇ ਆ। ਅਗਰ ਜੋ ਵੀ ਗੁਨਾਹ ਕੀਤਾ ਪੰਜਾਬ ਟ੍ਰਾਇਲ ਕਰ ਉਹਨਾਂ ਨੇ, ਪੰਜਾਬ ਚ ਰੱਖ ਉਹਨਾਂ ਨੂੰ, ਲੇਕਿਨ ਤੂੰ ਉਹਨਾਂ ਨੂੰ 1000 ਕਿਲੋਮੀਟਰ ਦੂਰ BJP ਦੇ ਇਸ਼ਾਰੇ ਤੇ ਭੇਜ ਦਿੱਤਾ, ਉਦਣ ਨਹੀਂ ਤੈਨੂੰ ਰੋਣਾ ਆਇਆ? ਸਾਡੇ ਬੱਚਿਆਂ ਦਾ ਬੱਚੇ ਰੋਜ਼ ਮਾਰੇ ਨੇ, ਸਰਿੰਜ ਵਿੱਚ ਫਸੀ ਹੋਈ ਆ, ਉਹ ਮਰ ਜਾਂਦਾ ਵਾ, ਤੈਨੂੰ ਉਦਣ ਰੋਣਾ ਨਹੀਂ ਆਉਂਦਾ? ਕਿਸਾਨ ਆਤਮ ਹੱਤਿਆ ਕਰਦੇ ਨੇ, ਤੈਨੂੰ ਉਦਣ ਰੋਣਾ ਨਹੀਂ ਆਉਂਦਾ? ਸਿਰਫ ਕੇਜਰੀਵਾਲ ਜਦੋਂ ਫੜਿਆ ਗਿਆ ਤੇ ਤੈਨੂੰ ਉਦਣ ਰੋਣਾ ਆਇਆ? ਆ ਜਿਹੜੇ 92 ਬੰਦੂਆ ਮਜ਼ਦੂਰ ਆ, ਆਹ ਫੋਟੋ ਅਜੇ ਹੁੰਦੇ ਨੇ, ਆ ਮੇਰੇ ਕੋਲ ਆ, ਤੁਸੀਂ ਮੀਡੀਆ ਤੁਹਾਨੂੰ ਲੱਗ ਪਿਆ, ਤੁਹਾਡਾ ਐਕਸਟ੍ਰੀਮ ਸੱਜੇ ਪਾਸੇ ਆ ਇਹ ਮੁੰਡਾ, ਮੀਟ ਫੇਅਰ ਦੇ ਪਾਰਟੀ ਰਿਸੈਪਸ਼ਨ ਪਾਰਟੀ ਦੇ ਉਹਦੇ ਨਾਲ ਖੜਾ ਵਾ, ਔਰ ਵੀਡੀਓ ਮੇਰੇ ਕੋਲ ਉਹਦੇ ਕੈਂਪੇਨ ਦੇ ਵਿੱਚ, ਉਸ ਵੀਡੀਓ ਦੇ ਵਿੱਚ ਕੈਂਪੇਨ ਚ ਨਾਲ ਹਿੱਸਾ ਲੈ ਰਿਹਾ, ਤੇ ਮੂਸੇਵਾਲਾ ਚਲਾਨ ਦੇ 4th ਨੰਬਰ ਤੇ ਉਹਦਾ ਨਾਮ ਹੈ। ਮੈਂ ਗੱਲ ਕਰ ਰਿਹਾ ਸੀਗਾ ਤੇ ਰੋਣ ਦੀ ਗੱਲ ਨਹੀਂ, ਪਖੰਡ ਕਰਦੇ ਨੇ, ਝੂਠ ਬੋਲਦੇ ਨੇ। ਅੱਜ ਕਹਿੰਦੇ ਅਸੀਂ ਰੰਗਲਾ ਪੰਜਾਬ ਬਣਾ ਦਿੱਤਾ, ਆ ਤੁਸੀਂ ਸਾਰੇ ਪਤਵੰਤੇ ਬੈਠੇ ਹੋ, ਇੱਕ ਵਾਰ ਮੈਂ ਕੈਮਰੇ ਤੁਹਾਡੇ ਵੱਲ ਘੁਮਾਉਣੇ ਆ, ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ, ਕੀ ਅੱਜ ਪੰਜਾਬ ਰੰਗਲਾ ਬਣ ਚੁੱਕਾ ਕਿ ਦੱਸੋ ਰੰਗਲਾ ਪੰਜਾਬ ਕਿੱਥੇ ਖਰਚ ਰਹੇ ਨੇ ਪੈਸੇ? ਕੇਜਰੀਵਾਲ ਦਾ ਜੋ ਹਾਊਸ ਵਿੱਚ ਕਿੱਥੇ ਪੈਸੇ ਖਰਚ ਰਹੇ ਨੇ? ਇਸ਼ਤਿਹਾਰਬਾਜ਼ੀ ਦੇ ਵਿੱਚ ਕੋਈ ਪੰਜਾਬ ਦਾ ਬਿਜਲੀ ਦਾ ਖੰਭਾ ਨਹੀਂ ਛੱਡਿਆ ਜਿੱਥੇ ਭਗਵੰਤ ਦੀ ਫੋਟੋ ਨਹੀਂ ਹੈਗੀ ਟੰਗੀ।
ਕੋਈ ਪੰਜਾਬ ਦਾ ਥਾਂ ਨਹੀਂ ਛੱਡਿਆ ਜਿੱਥੇ ਆਪਣੇ ਬੋਰਡ ਲਾ ਕੇ ਇਹਨਾਂ ਨੇ ਪਬਲਿਸਿਟੀ। ਕੋਈ ਟੈਲੀਵਿਜ਼ਨ ਨਹੀਂ ਛੱਡਿਆ ਜਿਹਨੂੰ ਬਾਂਬ ਰੋੜ ਕੇ ਜਾਂ ਬ੍ਰਹਮ ਰੋੜ ਕੇ ਜਾਂ ਪੈਸੇ ਦੇ ਕੇ ਉਹਨੂੰ ਖਰੀਦਿਆ ਨਹੀਂ ਹੋਇਆ ਇਹਨਾਂ ਨੇ। ਕੋਈ ਪੰਜਾਬ ਦੇ ਬਾਹਰ ਪ੍ਰਿੰਟ ਮੀਡੀਆ ਕਹਿੰਦੇ ਆ, ਕੇਜਰੀਵਾਲ ਕਹਿੰਦਾ ਵਾ ਕਿ ਗੋਦੀ ਮੀਡੀਆ ਬਣਾਇਆ ਹੈ ਬੀਜੇਪੀ ਨੇ। ਹਾਂ ਬਣਾਇਆ। ਮੈਂ ਕਹਿੰਦਾ ਬੀਜੇਪੀ ਨੇ ਸਾਰੇ ਦੇਸ਼ ਦਾ ਮੀਡੀਆ ਮੇਨਸਟ੍ਰੀਮ ਖਰੀਦ ਕੇ ਰੋਜ਼ ਜੋ ਤੁਸੀਂ ਬਹਿਸ ਦੇਖਦੇ ਹੋ ਤੇ ਕੁੱਕੜ ਲੜਾਈ 6 ਤੋਂ 8 ਵਜੇ 9 ਵਜੇ ਤੱਕ ਉਹ ਬੋਗਸ ਹੈ ਸਾਰਾ, ਉਹ ਸਾਰਾ ਮੀਡੀਆ ਇਹਨਾਂ ਦੇ ਹੱਥ ਵਿੱਚ ਆ। ਪਰ ਕੇਜਰੀਵਾਲ ਤੇ ਭਗਵੰਤ ਮਾਨ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਕੀ ਤੁਸੀਂ ਪੰਜਾਬ ਦੇ ਵਿੱਚ ਮੀਡੀਆ ਨਹੀਂ ਖਰੀਦਿਆ ਹੋਇਆ? ਕੀ ਤੁਸੀਂ ਤੁਹਾਡੇ ਜਿਹੜੇ ਮੇਨਸਟ੍ਰੀਮ ਚੈਨਲ ਹੈ ਕੀ ਤੁਹਾਡਾ ਆਖੇ ਨਹੀਂ ਚੱਲਦੇ? ਫਿਰ ਕਹਿੰਦੇ ਜੀ ਬਦਲਾ ਖੋਰੀ ਕੀਤੀ ਸਾਡੇ ਨਾਲ ਈਡੀ ਸੀਬੀਆਈ। ਹਾਂ ਇੱਧਰ ਦੇਖੋ, ਮੈਂ ਕਹਿੰਦਾ ਕਿ ਈਡੀ ਸੀਬੀਆਈ ਕੈਮਰੇ ਵਾਲੇ ਸੁਣ ਲਓ, ਸੀਬੀਆਈ ਬੀਜੇਪੀ ਦੁਰਉਪਯੋਗ ਕਰ ਰਹੀ ਹੈ। ਹਾਲਾਂਕਿ ਤੁਹਾਡੇ ਖਿਲਾਫ਼ ਤਾਂ ਬਹੁਤ ਪੁੱਤਾ ਸਬੂਤ ਹੈ, ਮੰਨ ਲਓ ਕਿ ਤੁਹਾਨੂੰ ਵੀ ਉਹਨਾਂ ਨੇ ਬੇਗਨਾ ਫੜ ਕੇ ਅੰਦਰ ਦਿੱਤਾ। ਕੀ ਤੁਸੀਂ ਖਹਿਰਾ ਫੜ ਕੇ ਅੰਦਰ ਨਹੀਂ ਦਿੱਤਾ? ਕਿ ਜਿਸ ਦਿਨ ਸਾਡੀ ਜਮਾਨਤ ਹੋ ਰਹੀ ਸੀਗੀ 3 ਵਜੇ ਤੜਕੇ ਸੁਭਾਨਪੁਰ ਥਾਣੇ ਵਿੱਚ ਇੱਕ ਹੋਰ ਪਰਚਾ ਦਰਜ ਕਰਕੇ 3 ਡੀਐਸਪੀ ਮੇਰੀ ਰਿਲੀਜ਼ ਤੋਂ ਪਹਿਲਾਂ ਤੁਸੀਂ ਲਾਭਾ ਜੇਲ੍ਹ ਵਿੱਚ ਨਹੀਂ ਬਿਠਾਏ? ਕੀ ਤੁਸੀਂ ਦਰਜਨਾ ਵਿਰੋਧੀਆਂ ਨੂੰ ਚੱਕ ਕੇ ਅੰਦਰ ਨਹੀਂ ਦਿੱਤਾ? ਕੀ ਤੁਸੀਂ ਸਰਪੰਚਾਂ ਦੀਆਂ ਇਨਕੁਆਇਰੀਆਂ ਨਹੀਂ ਕਰਾਏ? ਕੀ ਤੁਸੀਂ ਸਰਪੰਚ ਸਸਪੈਂਡ ਨਹੀਂ ਕਰਾਏ? ਕੀ ਮਿਊਨਸੀਪਲ ਕਮੇਟੀਆਂ ਨਹੀਂ ਤੋੜੀਆਂ? ਕੀ ਤੁਸੀਂ ਕਾਉਂਸਲਰਾਂ ਨੂੰ ਚੱਕ ਚੱਕ ਕੇ ਬਾਹਾਂ ਮੋੜ ਕੇ ਪ੍ਰੈਸ਼ਰ ਪਾ ਕੇ ਆਮ ਆਦਮੀ ਪਾਰਟੀ ਵਿੱਚ ਨਹੀਂ ਲੈ ਕੇ ਗਏ? ਤੇ ਤੁਹਾਡੇ ਤੇ ਬੀਜੇਪੀ ਚ ਕੀ ਫਰਕ ਹੈ? ਉਹ ਕਰਨ ਤਾਂ ਚੋਰ, ਇਹ ਕਰਨ ਤਾਂ ਕੱਟੜ ਇਮਾਨਦਾਰ। ਔਰ ਆਪਣੇ ਮੰਤਰੀ ਜਿਹਨਾਂ ਦਾ ਸ੍ਰੀ ਵਿਜੀਲੈਂਸ ਤੇ ਪੁਲਿਸ ਨੂੰ ਐਕਸ਼ਨ ਲੈਣਾ ਚਾਹੀਦਾ ਸੀ, ਤੁਹਾਨੂੰ ਯਾਦ ਹੈ ਕਟਾਰੂ ਚੱਕ? ਯਾਦ ਆਇਆ ਕਿ ਨਹੀਂ ਯਾਦ ਆਇਆ? ਕਟਾਰੂ ਚੱਕ ਉਹਦੇ ਵਾਸਤੇ ਕਰਦੇ ਜਾਂਦੇ ਨੇ ਸਾਰੀ ਪਾਰਟੀ ਤੋਂ ਥੱਲੇ ਤਾਈ, ਸਿਰਫ ਇਸ ਕਰਕੇ ਕਿਉਂਕਿ ਖਹਿਰੇ ਨੇ ਵੀਡੀਓ ਦੇਤੀ। ਮੈਂ ਕਹਿੰਦੇ ਮੈਂ ਛਾਇਆ ਨਹੀਂ ਕੀਤੀ ਵੀਡੀਓ, ਗੰਦੀ ਸੀ ਵੀਡੀਓ, ਤੁਸੀਂ ਦੇਖ ਨਹੀਂ ਸਕਦੇ ਘਰਾਂ ਦੇ ਵਿੱਚ ਸਾਡੇ ਬੱਚੇ ਦੇਖਦੇ। ਮੈਂ ਸੋਚਿਆ ਮੈਂ ਇਸ ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਕਰਨ ਵਾਲੀ ਨਹੀਂ। ਮੈਂ ਗਵਰਨਰ ਪੰਜਾਬ ਨੂੰ ਜਾ ਕੇ ਦਿੱਤੀ, ਉਹਨੇ ਤਸਦੀਕ ਕਰਾਈ, ਉਹ ਵੀਡੀਓ ਠੀਕ ਪਾਈ ਗਈ, ਉਹਨੇ ਭਗਵੰਤ ਨੂੰ ਚਿੱਠੀ ਲਿਖੀ ਇੱਕ ਮਿਨਿਸਟਰ ਨੂੰ ਆਪਣੇ ਨੂੰ ਕੱਢ ਦੇ ਨਹੀਂ ਕੱਢਿਆ ਮਤਲਬ। ਔਰ ਉਸ ਮੁੰਡੇ ਦੇ ਨਾਲ ਵੱਖਫੈਲੀ ਕੀਤੀ ਗਰੀਬ ਦੇ ਬੱਚੇ ਦੇ ਨੂੰ, ਇਹਨੂੰ ਕਟਾਰੂ ਚੱਕ ਪਿਆਰਾ, ਇਹਨੂੰ ਇੱਜ਼ਤ ਪਿਆਰੀ ਨਹੀਂ ਗੀ, ਇਹਨੂੰ ਨੈਤਿਕਤਾ ਪਿਆਰੀ ਨਹੀਂ ਗੀ, ਇਹਨੂੰ ਪੰਜਾਬ ਪਿਆਰਾ ਨਹੀਂ ਗਾ। ਅੱਗੇ ਆ ਜਾਓ ਤੁਸੀਂ, ਆ ਵਿਜੇ ਸਿੰਘਾ ਤੁਹਾਡੇ ਨਾਲ ਕਿਹੜਾ ਡਾਕਟਰ ਕੱਢਿਆ ਨਾ, ਹੁਣ 2 ਸਾਲ ਹੋ ਗਏ। ਮੈਨੂੰ ਭਗਵੰਤ ਮਾਨ ਦੱਸਿਆ, ਮੈਂ ਪੁੱਛਣਾ ਚਾਹੁੰਦਾ ਉਹ ਵੀਡੀਓ ਕਿੱਥੋਂ, ਜਿਹੜੀ ਤੂੰ ਕਹਿੰਦਾ ਕਿ ਆਡੀਓ ਸੀਗੀ ਮੈਂ ਜਿਹਦੇ ਚੋਂ ਰਿਸ਼ਵਤ ਮੰਗਦਾ ਸੀ, ਉਹ ਕਿੱਥੇ? ਜਾਂ ਤਾਂ ਇਹਦੇ ਕੋਲ ਆਡੀਓ ਹੈ ਨਹੀਂ ਗੀ, ਤੇ ਜੇ ਉਹ ਕਰਪਟ ਸੀਗਾ ਤੇ ਫਿਰ ਤੂੰ 2 ਸਾਲ ਹੋ ਗਏ ਵਿਜੇ ਸਿੰਗਲਾ ਡਾਕਟਰ ਦੇ ਖਿਲਾਫ਼ ਚਲਾਨ ਕਿਉਂ ਨਹੀਂ ਪੇਸ਼ ਕੀਤਾ? ਉਸ ਇਹਦਾ ਮਤਲਬ ਫਰੋਡ ਹੈ ਸਾਰਾ ਕੁਛ। ਖੈਰੇ ਦਾ ਚਲਾਨ ਤਾਂ NDPS ਫਾਜ਼ਿਲਕਾ 6 ਦੇ ਨਾਲ ਪੇਸ਼ ਕਰਤਾ ਸੀਗਾ, ਸਰਬਜੀਤ ਕੌਰ ਮਾਣੂਗੇ ਉਹਨੇ NRI ਦੀ ਕੋਠੀ ਤੇ ਕਬਜ਼ਾ ਕੀਤਾ ਜਗਰਾਉਂ ਦੇ ਵਿੱਚ। ਉਹ ਵਿਚਾਰੇ ਰੋਂਦੇ ਗਏ ਭਗਵੰਤ ਮਾਨ ਦਫ਼ਤਰ ਚ, ਰੋਂਦੇ ਗਏ ਮੁਲਤਾਨ ਸਤਵਾ ਦੇ ਦਫ਼ਤਰ ਚ, ਕਿਸੇ ਨੇ ਨੀ ਸੁਣੀ, ਕਿਸੇ ਨੇ ਉਹਨੂੰ ਕਹਿਤਾ ਕਿ ਖੈਰੇ ਕੋਲ ਚਲੇ ਜਾਓ ਤੁਹਾਡੀ ਕੋਠੀ ਚਿਤਾ ਦੂੰਗਾ। ਮੈਂ ਤਾਂ ਯਾਰ ਕੁਛ ਨੀ ਸੀਗਾ ਬੰਦਾ, ਮੈਂ ਤਾਂ ਤੁਹਾਡੇ ਸਿਰ ਤੇ ਛਾਲ ਲਿਆ। ਉਹ ਮੇਰੇ ਕੋਲ ਆਏ, ਅਸੀਂ 10 ਦਿਨਾਂ ਚ ਉਹਦੀ ਕੋਠੀ ਚੜਾ ਕੇ ਵਾਪਸ ਕਰ ਦਿੱਤੀ। ਪਰਮਜੀਤ ਸਿੰਘ ਝੂਠੀ ਰਜਿਸਟਰੀ ਹੋਈ ਆ, ਟੈਂਪਰਿੰਗ ਹੋਈ ਆ, ਫਰਜ਼ੀ ਡਾਕੂਮੈਂਟ ਬਣੇ ਨੇ, ਕੋਠੀ ਚ ਅੰਦਰ ਧੱਕੇ ਨਾਲ ਬੜੇ ਨੇ, ਉਹਨਾਂ ਦੀ ਮਰਜ਼ੀ ਤੋਂ ਬਗੈਰ ਅੰਦਰ ਬੜੇ ਨੇ, 450 ਲੱਗੇ ਨੇ। ਅੱਗੇ ਫੌਜਾਂ ਸਰਾ ਨੇ ਕੱਢਿਆ, ਪਤਾ ਨੀ ਕਦ ਲਈ ਗੱਲ ਕੀਤਾ, ਔਰ ਉਹਦੀ ਆਡੀਓ ਤੁਹਾਡੇ ਕੋਲ ਆ ਕਿ ਪਹਿਲਾਂ ਵਪਾਰੀ ਫਸਾਵਾਂਗੇ, ਫਿਰ ਐਨ ਟਾਈਮ ਤੇ ਪੁਲਿਸ ਭੇਜਾਂਗੇ, ਫਿਰ ਆਪਾਂ 1,00,000 ਰੁਪਏ ਦਾ ਸੌਦਾ ਕਰਾਂਗੇ, ਫਿਰ ਵੀ ਕਹੀ ਜਾਂਦੇ ਅਸੀਂ ਕਿੱਥੇ ਇਮਾਨਦਾਰ ਹੈ। ਕਿੰਨੇ ਇਹਨਾਂ ਦੇ MLA ਮੈਂ ਤੁਹਾਨੂੰ ਦਾਸਤਾਨ ਸੁਣਾ ਸਕਦਾ ਲੰਬੀ, ਆਹ ਤੇ ਇਹਨਾਂ ਦੇ ਦਿੱਤਾ। ਇਹਨਾਂ ਨੇ ਸਗੋਂ ਪੰਜਾਬ ਨੂੰ ਹੋਰ ਥੱਲੇ ਲੈ ਗਏ।
ਅੱਜ ਪੰਜਾਬ ਦੇ ਥਾਣਿਆਂ ਤਹਿਸੀਲਾਂ ਵਿੱਚ ਦੱਬ ਕੇ ਲੁੱਟ ਰਹੀ ਹੈ, ਦੱਬ ਕੇ ਲੁੱਟ ਰਹੀ ਹੈ। ਇੱਕ ਨੋਟੀਫਿਕੇਸ਼ਨ ਕੱਢੀ ਹੈ ਸ਼ਹਿਰਾਂ ਦੇ ਵਿੱਚ, ਉਸ ਨੋਟੀਫਿਕੇਸ਼ਨ ਦੇ ਕਰਕੇ ਕੋਈ ਰਜਿਸਟਰੀ ਨਹੀਂ ਕਰਾ ਸਕਦਾ, ਉਹਦੀ ਲਿਮਿਟ ਜੀ ਵਰਤੀ ਕਿ ਇੱਕ ਤੋਂ ਥੱਲੇ ਇੱਕ ਤੋਂ ਉੱਤੇ ਰਜਿਸਟਰੀ। ਹੁਣ ਅਫਸਰਾਂ ਨੂੰ ਹੈਂਡਲ ਮਿਲ ਗਿਆ, ਰਜਿਸਟਰੀਆਂ ਹੋ ਰਹੀਆਂ ਨੇ ਉਸ ਨੋਟੀਫਿਕੇਸ਼ਨ ਦੇ ਬਾਵਜੂਦ ਵੀ, ਲੇਕਿਨ ਪੈਸੇ ਲਏ ਜਾ ਰਹੇ ਨੇ। ਫਿਰ ਦੁਬਾਰਾ ਨੋਟੀਫਿਕੇਸ਼ਨ ਕੱਢੀ, ਫਿਰ ਪਤਾ ਨਹੀਂ ਇਹਨੂੰ ਸਮਝ ਨਹੀਂ ਆਉਂਦੀ, ਅਨਟ੍ਰੇਨਡ ਬੰਦੇ ਆ, ਉਹ ਨੋਟੀਫਿਕੇਸ਼ਨ ਦਾ ਅਸਰ ਹੀ ਕੋਈ ਨਹੀਂ ਹੋਇਆ। ਕਦੇ ਤੁਸੀਂ ਦੇਖਿਆ ਵਾ ਕਿ ਪੁਲਿਸ ਡਿਪਾਰਟਮੈਂਟ ਨੂੰ ਤਨਖਾਹ ਨਹੀਂ ਹੋ ਗਈ ਕਦੀ 70 ਸਾਲਾਂ ਵਿੱਚ? ਕਿਤੇ ਕੁਛ ਨਹੀਂ ਕੀਤਾ। ਹਾਂ ਅਸੀਂ ਇੱਦਾਂ ਦੀਆਂ ਮੂਰਖਤਾ ਜਾਣੀ ਕਦੇ ਕੀਤੀਆਂ। ਅੱਜ 22ਵਾਂ ਦਿਨ ਆ ਪੰਜਾਬ ਪੁਲਿਸ ਦੇ 80,000 ਮੁਲਾਜ਼ਮ ਨੂੰ ਕੋਈ ਤਨਖਾਹ ਨਹੀਂ ਮਿਲੀ ਹੈਗੀ ਅੱਜ ਤੱਕ। ਉਹ ਮੇਰੀ ਨਾ ਉਹਨਾਂ ਨੂੰ ਅਪੀਲ ਆ, ਬਾਹਰ ਤਾਂ ਕੋਈ ਖੰਡ ਦਿਸਦਾ ਨਹੀਂ। ਆਹ ਵਰਦੀ ਕਾਲਜ ਨੂੰ ਕਹਿੰਦਾ ਤੁਸੀਂ ਸਾਡੇ ਭਰਾ ਹੋ, ਤੁਸੀਂ ਇਹਨਾਂ ਦੇ ਕਹਿਣ 'ਤੇ ਗਲਤ ਕੰਮ ਮਤ ਕਰੋ, ਤੁਸੀਂ ਆਪਣੀ ਵਰਦੀ ਦੀ ਡਿਊਟੀ ਠੀਕ ਨਿਭਾਓ, ਆਪਣੇ ਸੁਪੀਰੀਅਰਸ ਤੋਂ ਫਾਇਦਾ ਲੈ ਲੈਣਾ। ਕਿਸੇ ਨੇ SSP ਬਣ ਜਾਣਾ, ਕਿਸੇ ਨੇ DIG ਬਣ ਜਾਣਾ, ਕਿਸੇ ਨੇ ਕਮਿਸ਼ਨਰ ਬਣ ਜਾਣਾ, ਤੁਹਾਨੂੰ ਫਿਰ ਕੁਛ ਨਹੀਂ ਆਉਣਾ। ਜਿੱਦਾਂ ਮੌਕਰ ਵਾਲਿਆਂ ਦੇ ਜਿਹੜੇ ਵਾਲੰਟੀਅਰ ਦਰੀਆਂ ਚੱਕਦੇ ਫਿਰਦੇ, ਤੁਹਾਡੇ ਪੱਲੇ ਕੁਛ ਨਹੀਂ ਆਉਣਾ। ਤੁਸੀਂ ਇਹਨਾਂ ਦੀ ਗਲਤ ਹਦਾਇਤਾਂ ਨਾ ਮੰਨੋ, ਆਪਣੀ ਤਨਖਾਹ ਮੰਗੋ। ਅੱਜ DA ਨਹੀਂ ਦਿੱਤਾ ਜਾ ਰਿਹਾ, ਸਰਕਾਰੀ ਮੁਲਾਜ਼ਮ ਤੁਹਾਡੇ 'ਚੋਂ ਬਹੁਤ ਸਾਰੇ ਬੈਠੇ, ਹੱਥ ਖੜੇ ਕਰੋ ਜਿਹੜੇ ਮੁਲਾਜ਼ਮ ਬੈਠੇ ਨੇ ਪੁਰਾਣੇ, ਉਹ ਲਿਖੋ। ਸਰਦਾਰ ਸਾਹਿਬ ਦੱਸੋ ਜਰਾ ਕਿੰਨੀ ਦੇਰ ਦਾ DA ਨਹੀਂ ਦਿੱਤਾ ਜਾ ਰਿਹਾ? ਉੱਚੀ ਬੋਲ ਗਏ, 3 ਸਾਲ, 2 ਸਾਲ ਸਰਕਾਰ ਬਣੀ ਹੋਵੇ ਕੋਈ DA ਏਰੀਅਸ ਨਹੀਂ ਦਿੱਤੇ, ਸੈਂਕੜੇ ਕਰੋੜ ਰੁਪਏ ਦੇ DA ਦੇ ਏਰੀਅਸ ਮਾਰ ਕੇ ਬੈਠੇ ਹੋਏ ਨੇ ਉਹ। ਇਸ ਕਰਕੇ ਇਹ ਕਹਿੰਦੇ ਜੀ ਸਾਡੀ ਰਾਜਧਾਨੀ ਹੈ, ਮੈਨੂੰ ਤਾਂ ਰਾਜਧਾਨੀ ਦਿਸਦੀ ਨਹੀਂ, ਮੈਨੂੰ ਤਾਂ ਲੱਗਦਾ ਇਹ ਰੇਤ ਦਾ ਕਿਲਾ ਵਾ, ਇਹਦਾ ਫੂਕਣਾ ਢੱਟ ਜਾਣਾ ਵਾ, ਇਹਨੂੰ ਤਾਂ ਹੱਥ ਵੀ ਨਹੀਂ ਲਾਉਣਾ ਪੈਣਾ, ਤਾਂ ਫੂਕਣਾ ਹੀ ਢੱਟ ਜਾਣਾ ਵਾ। ਔਰ ਦੂਜਾ ਕਹਿੰਦੇ ਜੀ ਕਿ ਮੁੱਖ ਮੰਤਰੀ ਸਾਹਿਬ ਧੂਰੀ ਤੋਂ ਲੜਿਆ, ਗੋਲੀ ਵੀ ਪੁੱਛੋ। 2 ਸਾਲ ਹੋ ਗਏ ਨੇ, ਮੈਂ ਪੁੱਛਣਾ ਚਾਹੁੰਦਾ ਭਗਵੰਤ ਮਾਨ ਨੂੰ, ਕੋਈ ਹੈ ਤੁਹਾਡੇ ਕੋਲ ਮੀਨਿੰਗਫੁਲ ਗੱਲ ਕਰਾ ਸਕਦਾ? ਤੂੰ ਪ੍ਰੋਜੈਕਟ ਆ ਮੈਡੀਕਲ ਉਹਦਾ ਕਾਲਜ ਦਾ ਨੀਂਹ ਪੱਥਰ ਰੱਖਿਆ ਉੱਥੇ ਵਟਰੁੱਖਾਂ, ਉੱਥੇ ਜਿਹੜਾ ਮਸਤੋਣਾ ਸਾਹਿਬ 2 ਸਾਲ ਦਾ ਨੀਂਹ ਪੱਥਰ, ਅਖੇ ਜੀ ਸਾਡੀ SCPC ਜਗ੍ਹਾ ਨਹੀਂ ਦਿੰਦੀ। ਕੋਈ SCPC ਜਗ੍ਹਾ ਨਹੀਂ ਦਿੰਦੀ, ਤੁਹਾਡੇ ਕੋਲ ਪੰਚਾਇਤਾਂ ਦੀਆਂ ਜ਼ਮੀਨਾਂ ਦੀ ਕਮੀ ਹੈ, ਕਿਤੇ ਹੋਰ ਚੱਕ ਕੇ ਬਣਾ ਦਿਓ। ਪਰ ਕਿਉਂਕਿ ਬਣਾਉਣਾ ਨਹੀਂ ਗਾ, ਸਿਰਫ ਦਿਖਾਵਾ ਕਰਨਾ, ਨੀਂਹ ਪੱਥਰ ਰੱਖਣੇ ਆ, ਰਿਬਨ ਕੱਟਣੇ ਆ, ਜਹਾਜ਼ਾਂ ਤੇ ਚੜ੍ਹਨਾ, ਬੋਰਡ ਲਾਉਣੇ ਨੇ। 16 ਮੈਡੀਕਲ ਕਾਲਜ ਦੇ ਨੀਂਹ ਪੱਥਰ ਅੱਗੇ ਪੰਜਾਬ ਇੱਕ ਵੀ ਨਹੀਂ ਬਣਿਆ। ਜੇ ਕਹਿੰਦੇ ਨੇ SCPC ਰੋਕ ਰਹੀ ਆ, ਤੇ ਫਿਰ ਕਿਤੇ ਹੋਰ 15 ਬਣਾ ਲੈਂਦੇ ਤੁਸੀਂ, ਉਹ ਵੀ ਨਹੀਂ ਬਣੇ ਕੋਈ। ਇਸ ਤਰ੍ਹਾਂ ਦਾ ਜਿਹੜਾ ਇਹਨਾਂ ਦਾ ਰਵੱਈਆ, ਹਾਂ ਗੱਲ ਚੀਫ ਪੁੱਛੀ ਗਈ ਸੀ ਇੱਕ ਇਹਨਾਂ ਦਾ ਮੂਰਖ ਜਿਹਾ ਮੰਤਰੀ ਉੱਧਰਲੇ ਪਾਸੇ ਇੱਕ ਹੋਰ ਬੈਠਾ, ਉਹ ਕਿਹੜਾ ਆਪਣੇ ਇੰਨਾ ਮਾਝੇ ਦਾ ਕਿਹੜਾ ਮੰਤਰੀ ਮੂਰਖ ਹੈ ਦੱਸੋ ਜਰਾ, ਲਾਲਜੀਤ ਭੁੱਲਰ। ਇੱਕ ਦਿਨ ਨਾ ਮੇਰੇ ਖਿਲਾਫ਼ ਬੋਲਿਆ, ਉਹ ਗੱਲ ਥੋੜ੍ਹੀ ਲੰਬੀ ਉਹਨਾਂ ਨੇ ਛੋਟੀ, ਕਹਿੰਦਾ ਕਿਸੇ ਨੇ ਪੁੱਛਿਆ ਖਹਿਰਾ ਇਹ, ਕਹਿੰਦਾ ਕਹਿੰਦਾ ਐਰਾ ਗਹਿਰਾ ਨੱਥੂ ਖਹਿਰਾ, ਇਹਦਾ ਜਵਾਬ ਦੇਣ ਦੀ ਕੀ ਲੋੜ ਹੈ? ਉਹ ਬੇਵਕੂ ਬੰਦੇ ਨੂੰ ਪਤਾ ਨਹੀਂ ਸੀ ਮਾਝੇ ਦਾ ਇਤਿਹਾਸ ਆ। ਸੁੱਖਾ ਸਿੰਘ, ਮਹਿਤਾਬ ਸਿੰਘ ਜਿਹਨਾਂ ਨੇ ਮੱਸੇ ਰੰਗੜ ਦੀ ਧੌਣ ਵੱਢੀ, ਉਹਦੇ ਨਾਲ ਜੁੜਿਆ ਹੋਇਆ ਇਤਿਹਾਸ ਸੀਗਾ। ਜਦੋਂ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਜਿਹੜਾ ਉਹਦਾ ਪੱਗ ਵੱਟ ਭਰਾ ਬਣਿਆ ਸੀਗਾ, ਉਹਨੇ ਮਹਿਤਾਬ ਸਿੰਘ ਦੇ ਪੁੱਤਰ ਨੂੰ ਸ਼ਰਨ ਦਿੱਤੀ ਤੇ ਮੁਗਲਾਂ ਦੇ ਆਣ ਕੇ ਉਹਨੂੰ ਫੜ ਕੇ ਮਾਰਨ ਦੀ ਕੋਸ਼ਿਸ਼ ਕੀਤੀ, ਉਹਨੇ ਆਪਣੀ ਜਾਨ ਗਵਾਈ। ਮੁਸਲਮਾਨ ਸੀਗਾ, ਖਹਿਰਾ ਸੀ, ਉੱਥੋਂ ਬਣੀ ਉਹ। ਕਹਿੰਦੇ ਉਹਦੇ ਅਸਲ ਕਹਾਵਤ ਦਾ ਮਤਲਬ ਹੈਗਾ ਐਰਾ ਐਰਾ ਗਹਿਰਾ ਨਹਿ ਨੱਥੂ ਖਹਿਰਾ, ਹਰ ਬੰਦਾ ਨੱਥੂ ਖਹਿਰਾ ਨਹੀਂ ਬਣ ਸਕਦਾ ਜਿਹੜੇ ਬੰਦੇ ਨੇ ਮਹਿਤਾਬ ਸਿੰਘ ਦੇ ਮੁੰਡੇ ਦੀ ਪਾ ਦਿੱਤੀ। ਇਹਨੂੰ ਇੰਨਾ ਨਹੀਂ ਸੀ ਪਤਾ, ਫਿਰ ਮਾਫੀਆਂ ਮੰਗੀਆਂ, ਮੈਨੂੰ ਮਾਫ ਕਰ ਦਿਓ ਖਹਿਰਾ ਸਾਹਿਬ, ਉਹ ਮੈਨੂੰ ਮਾਫ ਕਰ ਦਿਓ, ਲੋਕੋ ਮੈਨੂੰ ਪਤਾ ਨਹੀਂ ਸੀ। ਕੱਲ ਪਰਸੋਂ ਕੀ ਕਹਿੰਦਾ, ਬੜੇ ਗੰਦੇ ਸ਼ਬਦ ਵਰਤੇ ਨੇ। ਰਾਮਗੜੀਆ ਬਰਾਦਰੀ, ਜੱਸਾ ਸਿੰਘ ਰਾਮਗੜੀਆ,
ਔਰ ਪਤਾ ਨਹੀਂ ਅਨੇਕਾਂ ਇਤਿਹਾਸ ਵਿੱਚ ਰਾਮਗੜੀਆਂ ਦਾ ਇਤਿਹਾਸ ਯੋਧਾਵਾਂ ਜਿੰਨਾ ਗੁੱਲੀ ਕਰ ਗਏ। ਇਹਨੂੰ ਪੁੱਛੇ ਕੁਲਤਾਰ ਨੂੰ ਜਿਹੜਾ ਵਿੱਚ ਬੈਠਾ, ਸਪੀਕਰ ਮੈਂ ਕਿਹਾ ਤੈਨੂੰ ਪਤਾ ਨੀ ਸ਼ਰਮ ਆਈ ਕਿ ਨਹੀਂ ਆਈ, ਤੁਸੀਂ ਗਿਆਨੀ ਜੈਲ ਸਿੰਘ ਦੀ ਲੈਗਸੀ ਕਹਿੰਦੇ ਕਿ ਸਾਡਾ ਦਾਦਾ ਸੀਗਾ ਪੜਦਾਦਾ ਸੀ, ਅਸੀਂ ਤਾਂ ਨੀ ਕਹਿੰਦੇ, ਪਰ ਤੈਨੂੰ ਸ਼ਰਮ ਨੀ ਆਈ ਕਿ ਤੇਰਾ ਕੁਲੀਗ ਮਿਨਿਸਟਰ ਤੁਹਾਨੂੰ ਗੁੱਲੀ ਕਰ ਕਹਿ ਰਿਹਾ ਯਾਰ, ਤਨਖਾਣਾ ਵੀ ਤੁਹੀਨ ਕਰ ਰਿਹਾ ਯਾਰ, ਸੁਨਿਆਰਾ ਨੂੰ ਕਹਿੰਦਾ ਆ ਸੁਨਿਆਰੇ ਸੂਰੀਏ ਆ ਤਨਖਾਣ ਤੁਰਖੂਣ ਆ ਗੁੱਲੀ ਕੱਢ ਦੇ, ਇਹ ਕੌਣ ਹੈ ਸਾਡੇ ਸਾਹਮਣੇ ਕੱਢ ਕਿਉਂ, ਤੂੰ ਜ਼ਿਆਦਾ ਜੱਟ ਪੈਦਾ ਹੋਇਆ, ਤੈਨੂੰ ਕੋਈ ਜ਼ਿਆਦਾ ਦੋ ਬਾਵਾਂ ਫਾਲਤੂ ਦਿੱਤੀਆਂ ਰੱਬ ਨੇ, ਦੁਲਤਾਂ ਜ਼ਿਆਦਾ ਦਿੱਤੀਆਂ, ਕੋਈ ਹੋਰ ਅੰਗ ਜ਼ਿਆਦਾ ਦਿੱਤੇ, ਕੀ ਤੂੰ ਜ਼ਿਆਦਾ ਸੁਪੀ ਰਹਿਣਾ, ਸ਼ਰਮ ਨਹੀਂ ਆਉਂਦੀ ਤੁਹਾਨੂੰ, ਤੁਸੀਂ ਦੂਜਿਆਂ ਦੀ ਕੌਮਾਂ ਦੇ ਮਜ਼ਾਕ ਉਡਾਉਂਦੇ ਹੋ, ਉਹਨਾਂ ਲੋਕਾਂ ਦਾ ਜਿਹਨਾਂ ਨੇ ਪੰਜਾਬ ਦੇ ਵਿੱਚ ਇੰਡਸਟਰੀ ਖੜੀ ਕੀਤੀ, ਅੱਜ ਸਾਰੇ ਸੰਗਰੂਰ ਜ਼ਿਲ੍ਹੇ ਵਿੱਚ ਐਗਰੀਕਲਚਰ ਇੰਪਲੀਮੈਂਟਸ ਕੌਣ ਬਣਾਉਂਦੇ ਨੇ, ਰਾਮਗੜੀਆ ਪੈ ਆ ਕੰਬਾਈਨਾਂ ਆ ਵੱਡੇ ਵੱਡੇ ਤੁਹਾਡੇ ਰੀਪਰ ਟਰੈਕਟਰ ਉਹ ਬਣਾਉਣ ਐਡੀ ਵੱਡੀ, ਉਹਨਾਂ ਨੂੰ ਗੁੱਲੀ ਗੜ ਕਹਿੰਦਾ, ਕੁਲਤਾਰ ਤੈਨੂੰ ਵੀ ਨਹੀਂ ਸ਼ਰਮ ਆਈ, ਜੇ ਮਾੜੀ ਜੀ ਜਾਨ ਹੈਗੀ ਆ ਮਾੜੀ ਜੀ ਕੁਲਤਾਰ, ਤੇ ਉੱਠ ਕੇ ਲਾਲਜੀਤ ਨੂੰ ਕਹਿ ਕੇ ਬੰਦਿਆਂ ਨੂੰ ਮਾਫ਼ੀ ਮੰਗੀ। ਔਰ ਮੈਂ ਤੁਹਾਨੂੰ ਕਹਿਣਾ ਚਾਹਾਂ ਕਿ ਕਦੀ ਇਹ ਪੁੱਛਣ ਇੱਥੇ ਆਉਣ ਸੁਨਾਮ ਵਿੱਚ ਉਹਨਾਂ ਨੂੰ ਪੁੱਛੋ ਕਿ ਹੁਣ ਗੁੱਲੀ ਘੜਾ ਦੀ ਕੋਟਾ ਕਿਉਂ ਲੈਣ ਆਏ ਤੁਸੀਂ, ਕਦਲੀ ਆਏ ਇੱਥੇ ਬਸ। ਸੋ ਇਸ ਕਰਕੇ ਮੇਰੇ ਵੀ ਬਹੁਤ ਕੁਛ ਕਿਹਾ ਜਾ ਸਕਦਾ, ਸਮਾਂ ਜਲ ਨਹੀਂ ਦਿੱਤਾ, ਦੋ ਤਿੰਨ ਦਿਨਾਂ ਹੋ ਗਏ ਛੁੱਟੀ ਚੁੱਕੀ, ਹੁਣ ਕੁਛ ਲੋਕ ਕਹਿੰਦੇ ਅਸੀਂ ਪੰਥ ਨਾ ਜਿੱਤੀ, ਪੰਥ ਦਾ ਮਤਲਬ ਕਹਿਣ ਨਾ ਪੰਥ ਹੈ, ਤੁਹਾਡਾ ਰਾਜ ਬਣੇ 15 ਸਾਲ ਬਾਦਲ ਸਾਹਿਬ ਦਾ ਤੇ ਬੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਜਾਏ, ਤੁਸੀਂ ਇਨਸਾਫ ਨਾ ਦਿਓ ਯਾਰ, ਤੁਹਾਡੇ ਰਾਜ ਵਿੱਚ ਬਹਿਬਲ ਰਾਜ 2 ਸਿੱਖ ਨੌਜਵਾਨ ਮਾਰਦੇ ਪੁਲਿਸ, ਤੁਸੀਂ ਪੁਲਿਸ ਵਾਲਿਆਂ ਦਾ ਸਾਥ ਦਿਓ, ਅਣਪਛਾਤੀ FIR ਦਰਜ ਕਰੋ, ਤੁਸੀਂ ਸੁਮੇਧ ਸਿੰਘ ਸੈਣੀ ਵਰਗੇ ਨੂੰ ਜਿਹੜਾ ਇਨਕਾਊਂਟਰ ਸਪੈਸ਼ਲਿਸਟ ਜਿਹੜਾ ਫੜ ਫੜ ਕੇ ਚੱਕ ਚੱਕ ਕੇ ਕੱਢੇ ਪਾੜਦਾ ਸੀ ਲੋਕਾਂ ਦੇ, ਤੁਸੀਂ ਉਹਨੂੰ DGP ਬਣਾਓ, ਤੁਸੀਂ ਪੰਥ ਦੀ ਸਰਕਾਰ ਖੋਲਦੇ ਹੋ, ਤੁਸੀਂ SGPC ਸਾਡੇ ਸੁਪਰੀਮ, ਤੁਹਾਨੂੰ ਪਤਾ ਵਾ ਕਿ SGPC ਬਣਾਉਣ ਵਾਸਤੇ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਾਉਣ ਵਾਸਤੇ ਜਿਹੜਾ ਮੋਰਚਾ ਲੱਗਾ ਸੀਗਾ 125 ਸਾਲ ਪਹਿਲਾਂ, ਆਪਣੇ ਪੁਰਖਿਆਂ ਨੇ ਜਾਨਾਂ ਗਵਾਈਆਂ ਉੱਥੇ, ਤੁਸੀਂ ਕਹਿੰਦੇ ਆ ਕਿ SGPC ਸਾਡੇ ਅੰਗੂਠੇ ਦੇ ਥੱਲੇ ਰਹੇ, ਪ੍ਰਧਾਨ ਜਿਹੜਾ ਲਿਫਾਫੇ ਦੇ ਵਿੱਚੋਂ ਨਿਕਲੇ, ਤੁਹਾਨੂੰ ਸ਼ਰਮ ਤਾਂ ਨਹੀਂ ਆਉਂਦੀ ਫਿਰ ਤੁਸੀਂ ਕਹਿੰਦੇ ਪੰਥ। ਅਕਾਲ ਤਖ਼ਤ ਸਾਹਿਬ ਜਿਹੜਾ ਮੀਰੀ ਤੇ ਪੀਰੀ ਦਾ ਸਾਡਾ ਇੱਕ ਚਿੰਨ੍ਹ ਹੈ, ਦੋ ਨਿਸ਼ਾਨ ਸਾਹਿਬ ਲੱਗੇ ਨੇ, ਜਾ ਕੇ ਦੇਖ ਲਿਓ, ਧਰਮ ਤੇ ਰਾਜਨੀਤੀ ਜਾਓ, ਧਰਮ ਦਾ ਉੱਚਾ ਥੋੜਾ ਜਿਹਾ ਧਰਮ ਦਾ ਉੱਚਾ ਵਾ, ਤੇ ਤੁਸੀਂ ਉਹਨੂੰ ਕਹਿੰਦੇ ਹੋ ਕਿ ਅਕਾਲ ਤਖ਼ਤ ਦਾ ਜਿਹਦਾ ਕੱਪੜੇ ਜਿਹਦਾ ਬਦਲੀ ਉਹਦਾ ਕੱਪੜੇ ਬਦਲ ਕੇ ਉਹ ਮਾਰਦੇ, ਤੁਸੀਂ ਜੋ ਤੁਹਾਨੂੰ ਦਿਲ ਕਰਦਾ ਉਹਦੇ ਕੋਲ ਹੁਕਮਨਾਮੇ ਜਾਰੀ ਕਰਵਾਉਂਦੇ ਤੁਸੀਂ, ਤੇ ਫਿਰ ਤੁਸੀਂ ਕਹਿੰਦੇ ਹੋ ਪੰਥ। ਢੀਂਡਸਾ ਸਾਹਿਬ ਨਾਲ ਜੋ ਕੀਤਾ ਦੁਰਵਿਵਹਾਰ, ਹਾਲਾਂਕਿ ਸਾਡੇ ਉਹ ਦੂਸਰੀ ਪਾਰਟੀ ਆ ਪਰ ਪਰਮਿੰਦਰ ਇੱਕ ਸ਼ਰੀਫ ਆਦਮੀ ਹੈ, ਉਸ ਨੇ ਧੋਖਾ ਖਾ ਲਿਆ, ਆ ਥੋੜੇ ਦਿਨ ਪਹਿਲਾਂ ਉਹਨਾਂ ਨੂੰ ਕਹਿੰਦੇ ਤੁਹਾਡੇ ਨੂੰ ਲੜੇਵਾ ਕਰਾ ਦੇਣਾ, ਲੜੇਵਾ ਕਰਾ ਦੇਣਾ, ਤੁਸੀਂ ਆ ਜਾਓ ਆਪਾਂ ਪੰਥ ਦੀ ਦਾ ਪਰਿਵਾਰ ਇਕੱਠਾ ਕਰੀਏ, ਚੰਗਾ ਇਕੱਠਾ ਕੀਤਾ ਸੁਖਬੀਰ ਸਾਹਿਬ, ਉਹਨੂੰ ਬੁੱਕਣ 'ਚ ਬਿਠਾ ਕੇ ਆਪਣੀ ਗੋਦੀ 'ਚ ਖੰਜਰ ਨਾਲ ਉਹਦਾ ਕਰ, ਖੰਜਰ ਮੈਂ ਤਾਂ ਪਰਮਿੰਦਰ ਨੂੰ ਕਹਿ ਰਿਹਾ ਕਿ ਤਾਂ ਮੈਂ ਉਹਨੂੰ ਇਨਵਾਈਟ ਕੀਤਾ ਸੀਗਾ, ਹਲੇ ਵੀ ਸਮਾਂ ਇਹ ਕਹਿੰਦਾ ਕਿ ਆ ਜਾ ਸਾਡੇ ਨਾਲ, ਅਸੀਂ ਤੇਰੀ ਇੱਜ਼ਤ ਕਰਾਂਗੇ, ਇਹਨਾਂ ਨੇ ਤਾਂ ਤੇਰੀ ਬੇਇੱਜ਼ਤੀ ਕੀਤੀ ਹੈ, ਅਸੀਂ ਤੇਰੀ ਇੱਜ਼ਤ ਕਰਾਂਗੇ। ਇਹਨੂੰ ਕਹਿੰਦੇ ਨੇ ਪੰਥ, ਮੇਰੇ ਵੀਰੋ ਜੰਮੂ ਕਸ਼ਮੀਰ ਮੁਸਲਮਾਨਾਂ ਦੀ ਇੱਕੋ ਸਟੇਟ ਹੈ ਇੰਡੀਆ ਦੇ ਵਿੱਚ, ਇੱਕੋ ਹੀ 370 ਆਰਟੀਕਲ ਤੋੜ ਕੇ ਮੋਦੀ ਨੇ ਉਹਨੂੰ ਦੋ ਟੋਟੇ ਕਰਕੇ ਯੂਨੀ ਬਣਾ ਦਿੱਤਾ, ਤੇ ਇਹਨਾਂ ਖੋਤੀ ਪੰਥ ਦੇ ਆਗੂਆਂ ਨੇ BJP ਨੂੰ ਵੋਟ ਪਾਈ ਹੋਵੇ, ਫਿਰ ਵੀ ਕਹਿੰਦੇ ਅਸੀਂ ਵੱਧ ਅਧਿਕਾਰਾਂ ਦੇ ਮੁਦਈ ਹਾਂ, ਉਹ ਅਧਿਕਾਰ ਤਾਂ ਤੁਹਾਡੇ ਕੋਲ ਖੋਲਿਆ, ਸੂਬੇ ਦੇ ਬਣਾ ਦਿੱਤੇ ਮਿਊਨਸੀਪੈਲਿਟੀਆਂ ਬਣਾ ਦਿੱਤੀਆਂ ਯੂਨੀਆਂ, ਫਿਰ ਵੀ ਤੁਸੀਂ ਕਹਿੰਦੇ ਅਸੀਂ ਪੰਥ ਦੇ ਬੰਦੇ ਹਾਂ, ਆਹ ਇਹਨਾਂ ਦਾ ਕਿਰਦਾਰ ਹੈ ਮੇਰੇ ਕੋਲ। ਕਿਸਾਨਾਂ ਦੇ ਉਲਟ ਬੋਲਦੇ ਰਹੇ, ਹੁਣ ਤਾਂ ਚਲੋ ਬੈਠੇ ਨੇ ਬਾਹਰ, ਔਰ ਅਗਲੇ ਇਹਨਾਂ ਮਤਲਬ ਇੱਕ ਹੀ ਗੱਲ, ਜਿਹੜਾ ਵੀ ਸੱਜਣ ਸੋਚਦਾ ਨਾ ਕਿ ਅਸੀਂ ਪੂਰੀ
ਅਕਾਲੀ ਦਲ ਨੂੰ ਵੋਟ ਪਾਉਣੀ ਹੈ, ਉਦੋਂ ਚੰਗਾ ਬੀਜੇਪੀ ਨੂੰ ਪਾ ਦਿਓ ਸਿੱਧੀ, ਕਿਉਂਕਿ ਜਿੱਤਣ ਤੋਂ ਬਾਅਦ ਅਗਰ ਤੂੰ ਤੁੱਕਾ ਲਾ ਕੇ ਜਿੱਤ ਕੇ ਐਮ ਪੀ ਬਣ ਗਿਆ ਕਹਿੰਦਾ, ਉਹ ਫਿਰ ਵੀ ਐਮ ਡੀ ਏ ਦੇ ਮੋਦੀ ਤੇ ਬੀਜੇਪੀ ਦੀ ਝੋਲੀ ਵਿੱਚ ਜਾਣੀ ਆ ਸੀਟ, ਫਿਰ ਹੁਣ ਕੋਈ ਡਰਾਮਾ ਕਰਦੇ ਤੁਸੀਂ ਇੰਨਾ, ਤੁਸੀਂ ਲੋਕਾਂ ਨੂੰ ਉਦਾਂ ਹੀ ਕਹਿ ਦਿਓ ਤੇ ਬੀਜੇਪੀ ਨੂੰ ਵੋਟਾਂ ਪਾ ਦਿਓ, ਸਾਨੂੰ ਵੋਟ ਪਾਉਣ ਦੀ ਲੋੜ ਨਹੀਂ, ਕਿਉਂਕਿ ਜਾਣਾ ਤਾਂ ਤੁਸੀਂ ਉੱਥੇ ਹੀ ਆ ਸਾਰਿਆਂ ਨੇ। ਇਹ ਤਾਂ ਉਹਨਾਂ ਦਾ ਕਿਰਦਾਰ ਹੈ, ਬੀਜੇਪੀ ਕਿਸਾਨਾਂ ਦੀ ਦੁਸ਼ਮਣ, ਘੱਟ ਗਿਣਤੀਆਂ ਦੀ ਦੁਸ਼ਮਣ, ਸਿੱਖਾਂ ਮੁਸਲਮਾਨਾਂ ਈਸਾਈਆਂ ਦਲਿਤਾਂ ਜੈਨੀਆਂ ਬੋਧੀਆਂ ਜਿਹੜੇ ਵੀ ਲੋਕ ਇਸ ਦੇਸ਼ ਵਿੱਚ ਸੈਕੂਲਰਿਜ਼ਮ ਵਿੱਚ ਸਾਂਝੀਵਾਲਤਾ ਵਿੱਚ ਵਿਸ਼ਵਾਸ ਕਰਦੇ ਨੇ, ਇਹ ਉਹਨਾਂ ਦੀ ਦੁਸ਼ਮਣ ਜਮਾਤ ਹੈ। ਔਰ ਜੋ ਕਾਨੂੰਨ ਬਣਾ ਰਹੇ ਨੇ ਉਹ ਤੁਹਾਡੇ ਸਾਹਮਣੇ ਆ, ਯੂਨੀਫਾਰਮ ਸਿਵਲ ਕੋਡ ਇੱਕ ਲਾਅ ਬਣਨਾ, UCC ਕਹਿੰਦੇ ਨੇ ਉਸਨੂੰ, ਉਹਨਾਂ ਨੇ ਉੱਤਰਾਖੰਡ ਬਣਾ ਦਿੱਤਾ ਸਟੇਟ BJP ਨੇ, ਕਿ ਤੁਹਾਡੇ ਸਾਰੇ ਧਾਰਮਿਕ ਕਾਨੂੰਨ ਖੋਲਣੇ, ਸਾਰੀਆਂ ਘੱਟ ਗਿਣਤੀਆਂ ਦੇ ਇੱਕੋ ਧਾਰਮਿਕ ਕਾਨੂੰਨ ਰਹੇਗਾ, ਵਨ ਨੇਸ਼ਨ ਵਨ ਟੈਕਸ ਵਨ ਨੇਸ਼ਨ ਵਨ ਰਿਲੀਜਨ, ਹੋ ਸਕਦਾ ਕਦੇ? ਕਿਸਾਨਾਂ ਤੇ ਆ ਜਾਓ ਤੁਸੀਂ, ਕੀ ਮੰਗਦੇ ਕਿਸਾਨ ਸਾਡੇ ਭਰਾ ਕਿਸਾਨ ਜਥੇਬੰਦੀਆਂ, ਚਾਹੇ ਉਹ ਅਦੁਰਹਾ, ਚਾਹੇ ਉਹ ਡਕੌਂਦਾ, ਚਾਹੇ ਉਹ ਕਲੇਵਾਲ, ਚਾਹੇ ਉਹ ਕਿਸਾਨ ਮਜ਼ਦੂਰ ਮੋਰਚਾ ਸ਼ੰਭੂ ਮਹਿਤਾ, ਕੀ ਮੰਗਦੇ ਨੇ? ਉਹ ਕਹਿੰਦੇ ਸਾਨੂੰ MSP ਬਣਾ ਦਿਓ, ਕਾਨੂੰਨ ਦੇ ਦਿਓ। ਇਸ ਤੋਂ ਅੱਗੇ ਮੈਂ ਅਗਲੀ ਗੱਲ ਕਰਾਂ, ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰੋ, ਅਸੀਂ ਵਾਅਦਾ ਕੀਤਾ ਸਾਡੀ ਸਰਕਾਰ ਬਣ ਕੇ ਇੰਡੀਆ MSP ਕਦੋਂ ਬਣਾ ਲਿਆ। ਮੈਂ ਕਿਸਾਨਾਂ ਦਾ ਕਾਂਗਰਸ ਦਾ ਪ੍ਰੈਜ਼ੀਡੈਂਟ ਹਾਂ ਦੇਸ਼ ਦਾ, ਮੇਰਾ ਤੁਹਾਡੇ ਨਾਲ ਕਹਿੰਦਾ, ਕਈ ਲੋਕ ਕਹਿੰਦੇ ਨੇ ਜੀ ਤਾਂ ਮੈਨੀਫੈਸਟੋ ਹੈ, ਲੈ ਮੈਂ ਤੁਹਾਡੇ ਨਾਲ ਇੱਥੇ ਵਾਅਦਾ ਕਰਕੇ ਚੱਲਿਆ ਵਾਂ, ਜੇ ਸਾਡੀ ਸਰਕਾਰ ਇੰਡੀਆ ਅਲਾਇੰਸ ਬਣ ਤੇ MSP ਲਾਅ ਨਾ ਬਣਾਇਆ, ਮੈਂ ਰਿਜ਼ਾਈਨ ਕਰਕੇ ਤੁਹਾਡੇ ਵਿੱਚ ਵਾਪਸ ਆਊਂਗਾ। ਮੰਡੀ ਦਾ ਕੀ ਵਿਚਾਰ ਹੈ ਕਿ ਮੈਂ ਕੁੱਟਦੇ ਰਹੇ ਯਾਰ, ਉਹ ਸਾਡੇ ਕਿਸਾਨ ਆ, ਤੁਸੀਂ ਸਾਰੇ ਜਿਹੜੇ ਬੈਠੇ ਆ, ਆਪਣੇ ਬੱਚੇ ਬਾਰਡਰਾਂ ਤੇ ਰਾਖੀ ਕਰਦੇ ਕਿ ਕਿਸੇ BJP ਦੇ ਦੁਕਾਨਦਾਰ ਦਾ ਬੱਚਾ ਬਾਰਡਰ ਤੇ ਰਾਖੀ ਕਰਦਾ, ਕਿਸੇ ਲੀਡਰ ਨੇ ਦੇਖਿਆ ਦੱਸੋ ਜਰਾ, ਕੋਈ ਨੀ ਕਰ, ਉਹ ਤਾਂ ਦਿੱਲੀ ਬੈਠੇ ਨੇ AC ਛੱਡ ਕੇ ਟੀਵੀਆਂ ਦੇ ਸਟੂਡੀਓ ਵਿੱਚ ਝੂਠੀਆਂ ਗੱਲਾਂ ਕਰੀ ਜਾਂਦੇ ਨੇ, ਉਹ ਬੱਚੇ ਤਾਂ ਤੁਹਾਡੇ ਵਿਚਾਰੇ ਨੇ, ਭਾਰਤ ਨੂੰ ਦਲਿਤਾਂ ਦੇ ਆ ਰਾਮਗੜੀਆਂ ਦੇ ਬੈਕਵਰਡ ਕਲਾਸਿਸ ਦੇ ਔਰ ਪੰਜਾਬ ਦੇ ਹਰਿਆਣੇ ਦੇ ਰਾਜਸਥਾਨ ਦੇ ਕਿਸਾਨਾਂ ਦੇ ਖੇਤ ਮਜ਼ਦੂਰਾਂ ਦੇ, ਤੇ ਫਿਰ ਵੀ ਸਾਨੂੰ ਕੁੱਟਦੇ ਨੇ ਆਣ ਕੇ, ਉੱਥੇ ਏਅਰ ਗੈਸ ਮਾਰਦੇ ਨੇ, ਟਰੈਕਟਰ ਬਣਦੇ ਨੇ, ਸ਼ੁਕਰਨ ਮਾਰਦੇ ਨੇ, ਇਹ ਕਿੱਥੋਂ ਦੀ ਸਰਕਾਰ ਹੋ ਗਈ ਸਾਡੀ? ਕੀ ਅਸੀਂ ਦੇਸ਼ ਦਾ ਹਿੱਸਾ ਦੇਈਏ? ਕੀ ਪੰਜਾਬ ਦੇ ਲੋਕਾਂ ਨੂੰ ਦਿੱਲੀ ਜਾ ਕੇ ਅਧਿਕਾਰ ਮੰਗਣ ਦਾ ਕੋਈ ਅਧਿਕਾਰ ਨਹੀਂ ਘਰ? ਕੀ ਅਸੀਂ ਕੋਈ ਚੀਨ ਤੋਂ ਆਏ ਹੋਏ ਲੋਕ ਨਾ? ਕੀ ਅਸੀਂ ਕੋਈ ਬਾਹਰਲੇ ਦੇਸ਼ ਦੇ ਪਛਿੰਦੇ ਹਾਂ? ਅਸੀਂ ਟੈਕਸ ਦਿੰਦੇ ਹਾਂ, ਅਸੀਂ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਸਭ ਤੋਂ ਜ਼ਿਆਦਾ ਕੁਰਬਾਨੀਆਂ, ਕਾਲੇ ਪਾਣੀ, ਫਾਂਸੀਆਂ, ਸਭ ਕੁਛ ਇੱਥੇ ਆ। ਪਰ ਸਾਨੂੰ ਕਿਹਾ ਜਾ ਰਿਹਾ, ਫਿਰ ਸਾਨੂੰ ਕਹੀ ਜਾਂਦੇ ਨੇ ਜੀ ਇਹ ਤਾਂ ਆਤੰਕਵਾਦੀ ਨੇ, ਉਗਰਵਾਦੀ ਨੇ, ਜੀ ਪਤਾ ਨਹੀਂ ਕੀ ਭੈੜੇ ਭੈੜੇ ਨਾਮ ਲੈਂਦੇ ਨੇ ਆ BJP। ਅੱਛਾ ਅਖੀਰਲੀ ਗੱਲ, ਬਹੁਤ ਸਮਾਂ ਹੋ ਗਿਆ, ਸੋਰੀ, ਮੈਨੂੰ ਚੰਗਾ ਲੱਗਦਾ ਤੁਹਾਡੇ ਨਾਲ ਗੱਲ ਕਰਨਾ, ਬਿਕੋਜ਼ ਮੈਂ ਤੁਹਾਨੂੰ ਦੇਖ ਰਿਹਾ ਤੁਹਾਡੇ ਚਿਹਰੇ, ਤੁਹਾਨੂੰ ਕੋਈ ਦੱਸ ਨਹੀਂ ਰਿਹਾ ਚੰਗੀ ਤਰ੍ਹਾਂ, ਪ੍ਰਚਾਰ ਝੂਠੋ ਝੂਠ ਤੁਰਿਆ ਆਉਂਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ BJP ਕੀ ਕਹਿ ਰਹੀ ਹੈ ਇਸ ਵੇਲੇ ਦੇਸ਼, ਕਹਿੰਦੇ ਜੀ 2047 ਤੱਕ ਇੰਡੀਆ ਸਭ ਤੋਂ ਵੱਡੀ ਇਕਾਨਮੀ ਹੋਵੇਗੀ, ਪਤਾ ਨਹੀਂ ਕਿੰਨੇ ਟ੍ਰਿਲੀਅਨ ਡਾਲਰਸ। ਮੈਂ ਪੁੱਛਣਾ ਚਾਹੁੰਦਾ, ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਸਭ ਤੋਂ ਹੁਣ ਵਿਕਸਿਤ ਭਾਰਤ ਹੋ ਗਿਆ, ਗੱਡੀਆਂ ਚਲਾਈਆਂ ਹੋਈਆਂ ਪਿੰਡਾਂ ਦੇ ਵਿੱਚ, ਇੱਕ ਪਾਸੇ ਤੁਸੀਂ ਆਪ ਹੀ ਮੰਨੀ ਜਾ ਰਹੇ ਅਖਬਾਰਾਂ 'ਚ ਇਸ਼ਤਿਹਾਰ ਦੇ ਕੇ 140 ਕਰੋੜ ਆਬਾਦੀ ਵਿੱਚੋਂ 82 ਕਰੋੜ ਮੁਫ਼ਤ ਆਟਾ ਦਾਲ ਖਾ ਰਿਹਾ ਸੀ। ਉਹ ਜੇ 82 ਕਰੋੜ ਮੁਫ਼ਤ ਆਟਾ ਦਾਲ ਖਾ ਰਿਹਾ ਵਾ, ਤੇ ਫਿਰ ਵਿਕਸਿਤ ਕਿੱਥੋਂ ਹੋ ਗਿਆ? ਇਹ ਜਿਹੜੇ ਬੇਰੁਜ਼ਗਾਰ ਘੁੰਮਦੇ ਫਿਰਦੇ ਨੇ, ਜਿਹੜੇ 65-70% ਪਿੰਡਾਂ 'ਚ ਕਿਸਾਨ ਰਹਿੰਦੇ ਨੇ, ਉਹਨਾਂ ਦੇ ਚਿਹਰੇ ਤੇ ਉਤਰੇ ਪਏ ਨੇ, ਉਹ ਤਾਂ ਆਤਮ ਹੱਤਿਆ ਕਰ ਰਹੇ ਨੇ, ਉਹ 17 ਲੱਖ ਕਰੋੜ ਰੁਪਏ ਦੇ ਕਰਜ਼ੇ ਨੇ ਪੰਜਾਬ ਦੇ ਕਿਸਾਨ।
ਦੇਸ਼ ਦਾ ਕਿਸਾਨ ਤੇ ਖੇਤ ਮਜ਼ਦੂਰ 17 ਲੱਖ ਕਰੋੜ ਰੁਪਏ ਦਾ ਕਿਹੜਾ ਮਾਫ਼ ਕੀਤਾ ਇਹਨਾਂ ਨੇ। 15 ਲੱਖ ਕਰੋੜ ਰੁਪਇਆ ਮੋਦੀ ਨੇ 10 ਸਾਲਾਂ ਚ ਅਡਾਨੀਆਂ ਦਾ, ਅੰਬਾਨੀਆਂ ਦਾ, ਮਹਿੰਦਰਾ ਦਾ, ਟਾਟਾ ਦਾ, ਅਮੀਰਾਂ ਦਾ, ਥੋੜੇ ਜਿਹੇ ਬੰਦਿਆਂ ਦਾ ਮਾਫ਼ ਦਸ ਲੱਖ 15 ਲੱਖ ਕਰੋੜ, ਕੁਛ ਸੈਂਕੜੇ ਕੰਪਨੀਆਂ ਦਾ, ਸਾਡਾ 17 ਲੱਖ ਕਰੋੜਾਂ ਘਰਾਂ ਦਾ ਨਹੀਂ ਮਾਫ਼। ਹੁਣ ਤੋਂ ਤੁਹਾਨੂੰ ਕੀ ਨਜ਼ਰ ਆਉਂਦਾ ਵਾ ਕਿ ਉਹ ਕਿਸਾਨ ਵਿਰੋਧੀ ਨੇ। ਬਸ ਇੰਨੀਆਂ ਮੇਰੀਆਂ ਬੇਨਤੀਆਂ ਸੀਗੀਆਂ। ਅਗਰ ਤੁਹਾਨੂੰ ਲੱਗਦਾ ਕਿ ਮੈਂ ਗੱਲ ਠੀਕ ਕਰ ਰਿਹਾ, ਮੈਂ ਪਾਰਲੀਮੈਂਟ 'ਚ ਇਹੀ ਗੱਲਾਂ ਚੱਕੀਆਂ ਵਾ, ਆਹ ਤੁਹਾਡੀ ਪੰਚਾਇਤ ਹੈ ਨਾ, ਇੱਦਾਂ ਹੀ ਚੱਲੂ ਕੰਮ ਉੱਥੇ। ਜੇ ਤਾਂ ਤੁਹਾਨੂੰ ਮੇਰੇ 'ਤੇ ਭਰੋਸਾ, ਫਿਰ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ 1 ਜੂਨ ਨੂੰ ਇਕੱਲੇ ਤੁਸੀਂ ਨਹੀਂ ਹਰ ਆਪਣੇ ਪਿੰਡ 'ਚ ਹਰ ਬੰਦੇ ਨੂੰ ਅਪਰੋਚ ਕਰਨਾ, ਅਕਾਲੀਆਂ ਨੂੰ ਅਪਰੋਚ ਕਰਨਾ। ਬੰਦੇ ਬਹੁਤ ਚੰਗੇ ਨੇ, ਮਾੜੇ ਨਹੀਂ ਗਏ, ਲੀਡਰ ਮਾੜੇ ਨੇ। ਆਹ ਜਿਹੜੇ ਝਾੜੂ ਦੇ ਵਾਲੰਟੀਅਰ ਆ, ਇਹ ਮਾੜੇ ਤਾਂ ਬਹੁਤ ਜਜ਼ਬਾਤੀ ਬੰਦੇ, ਮੈਂ ਤਾਂ ਕੰਮ ਕੀਤਾ ਇਹਨਾਂ ਦੇ ਨਾਲ। ਇਕੱਲੇ ਨੂੰ ਅਪਰੋਚ ਕਰੋ, ਜਾ ਕੇ ਨਾ ਵੋਟ ਪਾਉਣ ਕੋਈ ਗੱਲ ਨਹੀਂ, ਪਰ ਕਹਿਣਾ ਤੁਹਾਡਾ ਫਰਜ਼ ਹੈ। ਇਹ ਨਹੀਂ ਕਿ ਪੈਲਸ ਵਿੱਚ ਆਏ, ਮੀਟਿੰਗ ਕੀਤੀ, ਫੋਟੋ ਖਿਚਾਈ ਤੇ ਪਿੰਡ ਨੂੰ ਜਾ ਕੇ ਸੌਂਗ, ਇਹ ਵੀ ਕੰਮ ਕਰਦਾ। ਇਹਦਾ ਮਤਲਬ ਤੁਸੀਂ ਮੇਰੇ ਹਿਤੈਸ਼ੀ ਨੇ, ਇਹਦਾ ਮਤਲਬ ਤੁਸੀਂ ਮੇਰੇ ਵਰਕਰ ਨਹੀਂ। ਇੱਕ ਬੰਦਾ ਚਾਹੇ 25 ਨੂੰ ਕਰੇ, ਇੱਕ ਬੰਦਾ ਭਾਵੇਂ 100 ਤੱਕ ਜਾਵੇ, ਇੱਕ ਬੰਦਾ ਭਾਵੇਂ 10 ਤੱਕ ਜਾਵੇ, ਇੱਕ ਭਾਵੇਂ ਗੁਆਂਢੀ ਤੱਕ ਜਾਵੇ, ਚਾਹੇ ਉਹ ਜ਼ਰੂਰ ਰੈਸਟ ਨਹੀਂ ਕਰਨਾ ਜਿਹੜਾ ਇੱਕ ਮਹੀਨਾ ਰਹਿ ਗਿਆ। ਮੁੜ ਕੇ ਰੈਸਟ ਮੈਂ ਨਹੀਂ ਕਰੂੰਗਾ ਸਾਰੀ ਜ਼ਿੰਦਗੀ। ਸਭ ਤੋਂ ਪਹੁੰਚ ਕਰਨਾ, ਔਰ ਮੇਰੀ ਸਭ ਤੋਂ ਅਪੀਲ ਹੈ ਤੁਹਾਡੇ ਜ਼ਰੀਏ, ਪੱਟ ਦੇ ਉੱਤੋਂ ਇਹ ਇੱਕ ਮੌਕਾ ਵਾ, ਕਿਉਂਕਿ ਜਿਹੜੀਆਂ ਗੱਲਾਂ ਮੈਂ ਉਠਾ ਰਿਹਾ, 10 ਤੋਂ ਜੇ ਉਸ ਲੀਡਰ ਉਠਾ ਰਹੇ ਨੇ। ਮੱਤੇਵਾਲਾ ਸਤਲੁਜ ਨੂੰ ਤਬਾਹ ਕਰਨ ਲੱਗੇ ਸੀ, ਜ਼ਹਿਰੀਲਾ ਮੈਂ ਗਿਆ, ਗੁਰੂ ਗ੍ਰੰਥ ਸਾਹਿਬ ਦਾ ਮੋਰਚਾ ਲੱਗਿਆ ਮੈਂ ਗਿਆ, ਭਾਨੂ ਸਿੱਧੇ ਦੇ 4 ਪਰਚੇ ਦਰਜ ਕੀਤੇ ਮੈਂ ਗਿਆ, ਉੱਥੇ ਸਿੱਧੂ ਮੂਸੇਵਾਲਾ ਮੁੰਡਾ ਮਾਰਿਆ ਮੈਂ ਗਿਆ, ਉੱਥੇ ਨੰਗਾ ਲੰਮੀਆਂ ਕਬੱਡੀ ਵਾਲਾ ਮਾਰਿਆ ਮੈਂ ਗਿਆ, ਉੱਥੇ ਭਾਈ ਅਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਟੋਰਚਰ ਕੀਤਾ ਉਹਨਾਂ ਨੇ ਮੋਰਚਾ ਲੱਗਾ ਮੈਂ ਗਿਆ, ਉੱਥੇ ਕਿੱਥੇ ਨਹੀਂ ਗਿਆ ਮੈਂ। ਤੇ ਹੁਣ ਮੈਂ ਇਹੀ ਮੰਗਦਾ ਕਿ ਜੋ ਮੈਂ ਕੰਮ ਕੀਤੇ ਨੇ ਉਹਦਾ ਅਫਜ਼ਾਨਾ, ਉਸ ਦੀ ਅਗਰ ਤੁਸੀਂ ਸਮਝਦੇ ਆ ਕਿ ਕੋਈ ਉਹਦੀ ਵੈਲਿਊ ਪੈਣੀ ਚਾਹੀਦੀ, ਵੈਲਿਊ ਉਹਦੀ ਕੀਮਤ ਪੈਣੀ ਚਾਹੀਦੀ ਹੈ, ਤਾਂ ਸਿਰਫ ਇੱਕ ਵੋਟ ਦੇ ਬਟਨ ਦਬਾ ਕੇ 1 ਜੂਨ ਨੂੰ ਚੋਣ ਨਿਸ਼ਾਨ ਮੇਰਾ ਵੀਰੋ ਤੇ ਭੈਣੋ ਹੱਥ ਪੰਜਾ ਹੈ, ਬਟਨ ਦਬਾਓਗੇ ਤੇ ਸਾਰਿਆਂ ਦੀਆਂ ਚੀਕਾਂ ਹੀ ਨਿਕਲਣੀਆਂ, ਚੀਕਾਂ ਚੀਕਾਂ ਚੀਕਾਂ। ਬਹੁਤ ਬਹੁਤ ਧੰਨਵਾਦ, ਫਿਰ ਜਵਾਬ ਦੇ ਗਿਆ ਮੈਂ ਮੈਂ ਕੋਈ ਵੀ ਗੱਲ ਜ਼ਿੰਦਗੀ 'ਚ ਅੱਧੀ ਅਧੂਰੀ ਨਹੀਂ। ਅਗਰ ਮੈਂ ਕਿਸੇ ਦਾ ਦੋਸਤ ਹਾਂ ਤਾਂ ਅਖੀਰ ਤੱਕ ਦੋਸਤੀ ਨਿਭਾਊਂਗਾ, ਅਗਰ ਮੈਂ ਕਿਸੇ ਦਾ ਦੁਸ਼ਮਣ ਹੈ ਤਾਂ ਮੈਂ ਲਿਹਾਜ਼ ਨਹੀਂ ਕਰਦਾ, ਮੈਂ ਲਿਹਾਜ਼ ਕਰਦਾ ਮੈਂ ਕਿਹਾ। ਹਾਂ, ਬਦਲਾ ਕੋਈ ਨਹੀਂ ਕਰਦਾ, ਇਨਸਾਫ਼ ਦੇ ਰਾਹ ਤੋਂ ਚੱਲ ਕੇ ਲਿਹਾਜ਼ ਨਹੀਂ ਕਰੂੰਗਾ। ਤਾਂ ਮੈਂ ਉਮੀਦ ਇਹ ਕਰਦਾ ਕਿ ਜਿਹੜੇ ਮੇਰੇ ਨਾਲ ਜੁੜਨਗੇ, ਉਹ ਕੋਈ ਵੀ ਬੰਦਾ ਇੱਦਾਂ ਨਾਲ ਜੁੜਿਆ ਮੈਨੂੰ ਮਿਸਲੀਡ ਕਰੇ, ਮੈਨੂੰ ਖੁਸ਼ਾਮਦ ਬਿਲਕੁਲ ਨਹੀਂ ਪਸੰਦ, ਮੈਨੂੰ ਪੈਸੇ ਵਾਲੇ ਬਿਲਕੁਲ ਨਹੀਂ ਪਸੰਦ, ਮੈਨੂੰ ਪਸੰਦ ਆ ਉਹ ਲੋਕ ਜਿਹੜੇ ਜ਼ਮੀਨ ਨਾਲ ਜੁੜੇ ਨੇ, ਜਿਹੜੇ ਅੱਛਾ ਕੰਮ ਕਰਦੇ ਨੇ, ਜਿਹੜੇ ਸਾਫ਼ ਸੁਥਰੇ ਅਕਸਦੇ ਨੇ। ਇਹ ਬੇਨਤੀ ਕਰਦਾ ਹੋਇਆ ਖਿਮਾ ਦਾ ਚੱਚ ਕਿਆਂ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ।